ਸਾਚੀ ਕਾਲ ਬੱਚੋ ਸਾਚੀ ਕਾਲ ਸਵਾਗਤ ਹੈ ਤੁਹਾਡਾ ਪੰਜਾਬ ਦਾ 247 YouTube ਚੈਨਲ ਤੇ ਮੈਂ ਹਾਂ ਅੱਜ ਜੈਨ ਤੁਹਾਡੇ ਲਈ ਇੱਕ ਬਹੁਤ ਕੈਂਟ ਕਲਾਸ ਲੈ ਕੇ ਆ ਗਿਆ ਜਿਹੜੀ ਆਪਣੀ ਕੰਪਿਊਟਰ ਦੀ ਕਲਾਸ ਹੁੰਦੀ ਹੈ ਜਿੱਦੇ ਵਿੱਚ ਆਪਾਂ ਕੁਐਸਚਨ ਡਿਸਕਸ ਕਰਦੇ ਹਾਂ ਬਿਲਕੁਲ ਜੀ ਸਾਚੀ ਕਾਲ ਬੱਚੋ ਸਾਚੀ ਕਾਲ ਕੀ ਹਾਲ ਚਾਲ ਨੇ ਤੁਹਾਡੇ ਕੀ ਹਾਲ ਚਾਲ ਨੇ ਪਿਆਰੇ ਬੱਚੋ ਠੀਕ ਹੋ ਸਾਰੇ ਕਿਵੇਂ ਦਾ ਰਿਹਾ ਪੇਪਰ ਤੁਹਾਡਾ ਹਾਂਜੀ ਪੇਪਰ ਕਿਵੇਂ ਦਾ ਰਿਹਾ ਪੇਪਰ ਬੱਚੋ ਹਾਂਜੀ ਸਾਚੀ ਕਾਲ ਬੱਚੋ ਸਾਚੀ ਕਾਲ ਕੀ ਹਾਲ ਚਾਲ ਨੇ ਤੁਹਾਡੇ हाँ जी पेपर की रहा पेपर नमस्ते जी नमस्ते आ, रागनी श्रीवास्तवा जी और प्रेम कुमार जी भी दिखाई दिए थे मुझे हाँ जी नमस्ते गुड आफ्टरनून सर जी बहुत ईजी तो सी एस कंप्यूटर जी बहुत ईजी सी कंप्यूटर का जी बिल्कुल जी बिल्कुल हाँ सर हिंदी में बोलिए प्लीज मैम भी यहाँ पे पंजाब तो अड्डा है यहाँ पर पंजाबी में पढ़ाते हैं रागनी श्रीवास्तवा जी यहाँ पर पंजाबी में पढ़ाते हैं बच्चे है ना ਤੋ ਹਿੰਦੀ ਨਹੀਂ ਹੱਤੀ ਆਪੇ ਪੰਜਾਬੀ ਮੇਂ ਹੁੰਦਾ ਬੱਚੇ ਅੱਛਾ ਕੀ ਹਾਲ ਚਾਲ ਨੇ ਕੀ ਹਾਲ ਚਾਲ ਨੇ ਬੱਚੋ ਠੀਕ ਹੋ ਸਾਰੇ ਪੇਪਰ ਵਧੀਆ ਰਿਹਾ ਕੌਣ ਦੇ ਤਿਆਰੀ ਕਰਵਾ ਦੋ ਮੈਨੂੰ ਕੁਝ ਨਹੀਂ ਆਂਦਾ ਜੀ ਬਿਲਕੁਲ ਜੀ ਬਿਲਕੁਲ ਦੇਖੋ ਬੱਚੋ ਉਹਨੂੰ ਦੇਖੋ ਪਹਿਲਾਂ ਤਾਂ ਪਰਮਾਤਮਾ ਸੱਚੇ ਪਾਤਸ਼ਾਹ ਦਾ ਸ਼ੁਕਰ ਕਰੀਏ ਹੈਨਾ ਕਿ ਜੋ ਆਪਾਂ ਨੇ ਕਲਾਸ ਦੇ ਵਿੱਚ ਪੜਿਆ ਡਿਟੋ ਸੇਮ ਕੁਐਸਚਨ ਆਏ ਨੇ ਹੈਨਾ ਡਿਟੋ ਸੇਮ ਕੁਐਸਚਨ ਆਏ ਨੇ ਕੰਪਿਊਟਰ ਦਾ ਜੋ ਆਪਾਂ ਨੇ ਕਲਾਸ ਦੇ ਵਿੱਚ ਪੜਿਆ ਆਪਸ਼ਨ ਵੀ ਸੇਮ ਹੈ ਹੈਨਾ ਦੇਖੋ ਇਹ ਚੀਜ਼ ਹੈ ਕਿ ਚਲੋ ਪਰਮਾਤਮਾ ਨੇ ਦਾਤ ਬਖਸ਼ੀ ਆਪਾਂ ਮਿਹਨਤ ਕਰਦੇ ਹਾਂ ਦੇਖੋ ਦਿਨ ਰਾਤ ਮਿਹਨਤ ਕਰੀ ਦੀ ਹੈ ਕੰਟੈਂਟ ਬਣਾਈਦਾ ਕੁਐਸਚਨ ਬਣਾਈਦਾ ਚਲੋ ਪੀ ਟ੍ਰਿਪਲ ਐਸ ਵੀ ਵਾਲੇ ਕਾਪੀ ਕਰ ਲੈਂਦੇ ਨੇ ਹੈਨਾ ਤੇ ਤੁਸੀਂ ਬੱਚੋ ਇੱਕ ਕਨਸਟੇਬਲ ਦਾ ਪੇਪਰ ਆ ਰਿਹਾ ਹੈ ਹਾਂਜੀ ਬਿਲਕੁਲ ਸੇਮ ਆਈ ਸੀ ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਹਾਂਜੀ ਤਾਂ ਬੱਚੋ ਉਹਨਾਂ ਕਨਸਟੇਬਲ ਦਾ ਪੇਪਰ ਆ ਰਿਹਾ ਤੇ ਇੱਕ ਕਲਰਕ ਦਾ ਪੇਪਰ ਹੋਰ ਆ ਰਿਹਾ ਹੈ ਹਨਾ ਦੋਨਾਂ ਚ ਵੀ ਗਾਰੰਟੀ ਦਿਨਾ ਡਿੱਟੋ ਸੇਮ ਆਨਗੇ ਲੇਕਿਨ 2 ਵਜੇ ਵਾਲੀ ਕਲਾਸ ਲਗਾਨੀ ਹੈ ਹਾਂਜੀ ਬਿਲਕੁਲ ਸਰ ਮੈਂ ਐਗਜ਼ਾਮ ਨਹੀਂ ਦਿੱਤਾ ਲੇਕਿਨ ਕੰਪਿਊਟਰ ਸਾਰਾ ਤੁਹਾਡਾ ਕਰਾਇਆ ਹਾਇਆ ਸੀ ਜੀ ਬਿਲਕੁਲ ਜੀ ਬਿਲਕੁਲ हिंदी में नहीं बोलेंगे तो हम जाए क्लास से क्या रागनी श्रीवास्तव जी बच्चे एज यूर विश आपके जैसे मर्जी लेकिन यहाँ पंजाबी में पढ़ाई होती है बच्चे इस चैनल पर जी ਹਾਂਜੀ ਬਿਲਕੁਲ ਬੱਚੋ ਤਾਂ ਬੱਚੇ ਕੀ ਚੀਜ਼ ਹੈ ਕਿ ਬੱਚੋ ਹੁਣ ਚਲੋ ਪੰਜਾਬੀ ਦਾ ਗੇਰ ਪਾਈਏ ਹਾਂਜੀ ਤਾਂ ਬੱਚੇ ਕੀ ਚੀਜ਼ ਹੈ ਆਪਣਾ ਕੀ ਚੀਜ਼ ਹੈ ਕਿ ਜਿਹੜਾ ਹੁਣ ਕਨਸਟੇਬਲ ਦਾ ਪੇਪਰ ਹੈ ਤੇ ਜਿਹੜਾ ਆਪਣਾ ਕਲਰਕ ਦਾ ਪੇਪਰ ਹੈ ਇੱਕੋ ਦੋਨਾਂ ਆਪਣੀ ਕਲਾਸਾਂ ਦੇ ਵਿੱਚ ਆਊਗਾ ਕਲਾਸ ਨਹੀਂ ਮਿਸ ਕਰਨੀ ਸਪੈਸ਼ਲ ਕਲਾਸ ਲੱਗੂਗੀ ਇਹ ਦੋਨਾਂ ਲਈ ਦੋਨਾਂ ਲਈ ਕੰਟੈਂਟ ਤਿਆਰ ਕਰੂੰਗਾ ਬੱਚੇ ਹੈਨਾ ਤਾਂ ਸਪੈਸ਼ਲ ਕਲਾਸ ਲੱਗਣੀ ਹੈ ਡਿਟੋ ਕੁਸ਼ਨ ਆਣਗੇ ਸੇਮ ਆਣਗੇ ਜੇ ਪ੍ਰਮਾਤਮਾ ਦਾ ਹੱਥ ਰਿਆ ਸਿਰ ਤੇ ਹੈਨਾ ਬਿਲਕੁਲ ਤਾਂ ਕਰਕੇ ਕਲਾਸ ਨਹੀਂ ਛੱਡਣੀ ਹੈਗੀ ਤੁਸੀਂ ਹਾਂਜੀ ਬਿਲਕੁਲ ਜੀ ਬਿਲਕੁਲ ਡੇਲੀ ਲੱਗਦੀ ਹੈ ਸਰ ਕਲਾਸ ਹਾਂਜੀ ਡੇਲੀ ਲੱਗਦੀ ਹੈ ਜੀ ਚਲ ਸਤਾਂ ਜੀ ਸਵਾਗਤ ਹੈ ਜਿਨ੍ਹਾਂ ਨੇ ਐਪ ਨਹੀਂ ਡਾਊਨਲੋਡ ਕੀਤੀ ਐਪ ਜਰੂਰ ਡਾਊਨਲੋਡ ਕਰ ਲੈਣਾ ਬੱਚੇ ਕਰੀਚ ਕਰੰਟ ਅਫੇਅਰ ਪ੍ਰੀਮੀਅਮ ਸਟੱਡੀ ਮਟੀਰੀਅਲ ਜੌਬ ਲੈਟਸ ਡੇਲੀ ਕੁਇਜ਼ ਸਬਜੈਕਟ ਵਾਈਜ਼ ਕਿਸ ਮੈਗਜ਼ੀਨ ਪਾਵਰ ਕੈਪਸੂਲ ਸਭ ਕੁਝ ਅਵੇਲੇਬਲ ਹੈ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਵੀ ਸਬਸਕ੍ਰਾਈਬ ਕਰ ਲਓ ਪੰਜਾਬ ਦਾ 24/7 YouTube ਚੈਨਲ ਇਹ ਆ ਗਿਆ ਫਰਸਟ ਕੁਐਸਚਨ ਜੀ ਸਰ ਐਸਆਈ ਦਾ ਲੈਵਲ ਕੀ ਹੋਊਗਾ ਜੀ ਕੰਪਿਊਟਰ ਦਾ ਐਸਆਈ ਦਾ ਲੈਵਲ ਬੱਚੇ ਟਫ ਹੋਊਗਾ ਐਸਆਈ ਦਾ ਲੈਵਲ ਟਫ ਹੋਊਗਾ हाँ जी चलो बचो पहला क्वेश्चन आ गया वट डज डॉट्स पर इंच मेजर हाँ जी डी पी आई की मेजर कर दी बच्चों बचो डी पी आई ना की मेजर कर हैं बिल्कुल पहला क्वेश्चन आ गया हाँ जी पहला क्वेश्चन आ गया कि डी पी आई नाल आप की मेजर करते हैं तो है बच्चों नंबर ऑफ बिट्स इट टेक्स टू रीप्रजेंट ईच कलर डेंसिटी ऑफ पिक्सल ऑन ए कंप्यूटर स्क्रीन द डेंसिटी ऑफ ए बिट्स ऑन ए डिस्क द डेंसिटी ऑफ ग्राफिक्स ग्राफिक फाइल स्टोर्ड ऑन हार्ड डिस्क ਹਾਂਜੀ ਬਿਲਕੁਲ ਜੀ ਬਿਲਕੁਲ ਬੱਚੋ ਕੌਨਸਟੇਬਲ ਦਾ ਡਿੱਟੋ ਪੇਪਰ ਆਊਗਾ ਗਰੰਟੀ ਦਿਨਾ ਕਲਾਸਾਂ ਲਾ ਲਿਓ ਇੱਕ ਚੀਜ਼ ਹੋਰ ਦਾਸਾ ਕਾਫੀ ਬੱਚੇ ਸੋਚਦੇ ਪੰਜ ਨੰਬਰ ਦਾ ਪੇਪਰ ਹੋਊਗਾ ਮੈਗਨਿਸ ਐਨਾ ਕੰਪੀਟੀਸ਼ਨ ਹੈ ਐਨਾ ਕੰਪੀਟੀਸ਼ਨ ਹੈ ਨਾ ਨੰਬਰ ਵੀ ਸੇਮ ਮੰਨਗੇ ਫਿਰ ਉਹ ਨਾਰਮਲਾਈਜੇਸ਼ਨ ਕਰਨਗੇ ਵੀ ਕਿ ਜੀ ਇਹ ਜ਼ਿਆਦਾ ਹੈ ਕਿਦਾ ਕੀ ਜ਼ਿਆਦਾ ਹੈ ਨਾ ਐਸ ਹਿਸਾਬ ਨਾਲ ਨਾਰਮਲਾਈਜੇਸ਼ਨ ਹੋਊਗੀ ਐਨਾ ਪੰਜ ਨੰਬਰ ਕੀ ਇੱਕ ਇੱਕ ਨੰਬਰ ਵਾਸਤੇ ਇਨੀ ਲੜਾਈ ਹੋਊਗੀ ਨਾ ਕੌਨਸਟੇਬਲ ਚ ਤੁਸੀਂ ਮੈਂ ਕੀ ਸੋਚ ਵੀ ਨਹੀਂ ਸਕਦੇ ਹੈਗੇ ਤਾਂ ਕਰਕੇ ਪੰਜ ਨੰਬਰ ਬਹੁਤ بڑا ਰੋਲ ਪਲੇ ਕਰ ਦਿੰਗੇ ਤੁਹਾਡੀ ਵਰਦੀ ਲਈ ਤਾਂ ਕਲਾਸ ਨਹੀਂ ਛੱਡਣੀ ਗਰੰ ਕੰਨਾ ਹਾਂਜੀ ਸਰ ਜੀ ਇੱਕ ਗੱਲ ਸਮਝ ਨਹੀਂ ਆਂਦੀ ਤੁਸੀਂ ਇੰਨੀ ਸਟੱਡੀ ਕਰਵਾਉਂਦੇ ਹੋ ਪਾਰ ਘੰਟੇ ਲਗਾਤਾਰ ਪਰ ਤੁਹਾਡਾ ਕਰਾਇਆ ਹੋਇਆ ਪੇਪਰ ਚ ਕਿਉਂ ਨਹੀਂ ਆ ਰਿਹਾ ਬੱਬੂ ਦੀ ਰਾਣੀ ਬੱਚੇ ਆਪਸ਼ਨ ਵੀ ਡਿੱਟੋ ਆਏ ਤੁਸੀਂ ਕਹਿੰਦੇ ਹੋ ਕਰਾਇਆ ਹੋਇਆ ਆਪਸ਼ਨ ਪੇਪਰ ਚ ਨਹੀਂ ਆ ਰਿਹਾ ਤਾਂ ਆਪਸ਼ਨ ਵੀ ਬੱਚੇ ਡਿੱਟੋ ਆਏ ਨੇ ਹਾਂਜੀ ਤਾਂ ਆਨਸਰ ਆਊਗਾ ਬੱਚੇ ਡੈਂਸਿਟੀ ਆਫ ਪਿਕਸਲਸ ਆਫ ਅ ਕੰਪਿਊਟਰ ਸਕਰੀਨ ਹਾਂਜੀ ਪ੍ਰੀਮ কুমার ਜੀ ਪ੍ਰਣਾਮ ਬੱਚੇ ਪ੍ਰਣਾਮ ਹਾਂਜੀ ਤਾਂ ਕੀ ਆਊਗਾ ਬੱਚੇ ਦਾ ਡੈਂਸਟੀ ਆਫ ਅ ਪਿਕਸਲਸ ਔਨ ਅ ਕੰਪਿਊਟਰ ਸਕਰੀਨ ਡੀਪੀਆਈ ਮੈਜ਼ਰ ਕਰਦੀ ਹੈ ਦੇਖੋ ਡੀਪੀਆਈ ਗਿਆ ਰੈਜ਼ੋਲੂਸ਼ਨ ਮੈਜ਼ਰ ਕਰਨ ਵਾਸਤੇ ਯੂਜ਼ ਕਰਦੇ ਹਾਂ ਤੇ ਪ੍ਰਿੰਟਰ ਦੀ ਕੁਆਲਿਟੀ ਮੈਜ਼ਰ ਕਰਨ ਵਾਸਤੇ ਯੂਜ਼ ਕਰਦੇ ਹਾਂ ਡੀਪੀਆਈ ਚਲੋ ਫਸਟ ਨੈਕਸਟ ਕੁਸ਼ਚਨ ਆ ਗਿਆ ਬੱਚੇ ਹਾਂਜੀ ਤਾਂ ਬੱਚੇ ਨੈਕਸਟ ਅਗੇ ਦਾ ਮੋਸਟ ਕਾਮਨ ਸਬਟੋਟਲ ਯੂਜ਼ਡ ਇਜ਼ ਦਾ ਡੈਸ਼ ਫੰਕਸ਼ਨ ਹਾਂਜੀ ਵਿਚ ਕਾਜ਼ ਦਾ ਐਕਸਲ ਟੂ ਡਿਸਪਲੇ ਸਮ ਆਫ ਈਚ ਟਾਈਮ ਦਾ ਕੰਟਰੋਲ ਫੀਲਡ ਚੇਂਜ ਹਾਂਜੀ ਬਿਲਕੁਲ ਜੀ ਬਿਲਕੁਲ ਤਾਂ ਬੱਚੇ ਕੀ ਹੈ ਕਿ ਸਭ ਤੋਂ ਆਮ ਵਰਤੀ ਜਾਂਦੀ ਸਬ ਟੋਟਲ ਕਮਾਂਡ ਫੰਕਸ਼ਨ ਜਿਹੜਾ ਹਰ ਵਾਰ ਕੰਟਰੋਲ ਫੁਲਡ ਬਦਲਣ ਤੇ ਐਕਸਲ ਨੂੰ ਇੱਕ ਜੋੜ ਪ੍ਰਦਰਸ਼ਿਤ ਕਰਨ ਦਾ ਕਾਰਨ ਬਣਦੀ ਹੈ ਐਡ ਸਮ ਟੋਟਲ ਜਾਂ ਲਿਸਟ ਹਾਂਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਠੀਕ ਹੈ ਸਲੋ ਕਰਵਾ ਦੇਣਾ ਬੱਚੇ ਸਲੋ ਕਰਾ ਦੇਣਾ ਵਾਹ ਸ਼ਿਵਾਲੀ ਜੀ ਨਾਈਸ ਰਿਪਲਾਈ ਬੱਚੇ ਬਿਲਕੁਲ ਕਲਾਸਾਂ ਲਾਇਆ ਕਰੋ ਫਿਰ ਪਤਾ ਚੱਲ ਜੂਗਾ ਕਿ ਕਰਾਇਆ ਹੋਇਆ ਆਂਦਾ ਨਹੀਂ ਆਂਦਾ ਹਾਂਜੀ ਚਲੋ ਬੱਚੋ ਕੀ ਆਊਗਾ ਇਹਦਾ ਅਨਸਰ ਨਹੀਂ ਦਿੱਤਾ ਮੈਨੇ ਅਨਸਰ ਹੋਗਾ ਬੱਚੇ ਸਮ ਫੰਕਸ਼ਨ ਜਦੋਂ ਆਪਾਂ ਕੀ ਹੈ ਕਿਸੇ ਚੀਜ਼ ਦਾ ਟੋਟਲ ਕਰਨਾ ਹੈ ਥੈਨ ਆਪਾਂ ਕੀ ਯੂਜ਼ ਕਰਦੇ ਹਾਂ ਬੱਚੋ ਸਮ ਫੰਕਸ਼ਨ ਯੂਜ਼ ਕਰਦੇ ਹਾਂ ਬੱਚੇ ਜੀਕੇ ਦਾ ਤਾਂ ਦੇਖੋ ਮੈਨੂੰ ਪਤਾ ਨਹੀਂ ਲੇਕਿਨ ਕੰਪਿਊਟਰ ਤੇ ਮੈਂ ਦਿਨ ਰਾਤ ਤੁਹਾਡੇ ਲਈ ਇੰਨੀ ਮਿਹਨਤ ਕਰਦਾ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਮਿਹਨਤ ਦਾ ਫਲ ਦਿੰਦਾ ਹੈ ਬਿਲਕੁਲ ਜੀ ਬਿਲਕੁਲ ਤਾਂ ਸਮ ਫੰਕਸ਼ਨ ਐਡਸ ਦਾ ਵੈਲਿਊਜ਼ ਯੂ ਕੈਨ ਐਡ ਦਾ ਇੰਡੀਵਿਜੂਅਲ ਵੈਲਿਊਜ਼ ਤੁਸੀਂ ਐਡ ਕਰਨੀਆਂ ਦਾ ਸਮ ਫੰਕਸ਼ਨ ਲਾਣੇ ਆ ਸਮ ਫੰਕਸ਼ਨ ਲਾਣੇ ਬਿਲਕੁਲ ਜੀ ਠੀਕ ਹੈ ਜੀ ਚਲੋ ਅੱਗੇ ਚੱਲਦੇ ਆ ਨੈਕਸਟ ਆ ਗਿਆ ਬੱਚੇ ਆਪਣੇ ਕੋਲੇ ਡੈਸ਼ ਇਜ਼ ਅ ਵਿੰਡੋ ਯੂਟਿਲਿਟੀ ਪ੍ਰੋਗਰਾਮ ਥੈਟ ਲੋਕੇਟਡ ਐਂਡ ਐਲੀਮੀਨੇਟਸ ਅਨਨੈਸੈਸਰੀ ਫ੍ਰੈਗਮੈਂਟਸ ਰੀਅਰੇਂਜ ਫਿਲਡ ਅਨਯੂਜ਼ਡ ਡਿਸ ਆਪਟਿਮਾਈਜ਼ ਹਾਂਜੀ ਬਿਲਕੁਲ ਜੀ ਬਿਲਕੁਲ ਸਰ ਮੈਂ ਸਾਰੇ ਕੁਐਸਚਨ ਪੇਪਰ ਚੈੱਕ ਕੀਤਾ ਜੀ ਬਿਲਕੁਲ ਬੱਚੇ ਬਿਲਕੁਲ ਸਾਰਾ ਕਰਵਾਇਆ ਹੋਇਆ ਆਇਆ ਬੱਚੋ ਸਾਰਾ ਆਪਸ਼ਨ ਵੀ ਡਿਟੋ ਆਈਆਂ ਮੈਂ ਕੁਐਸਚਨ ਵੀ ਦਿਖਾ ਦੂੰਗਾ ਤੁਹਾਨੂੰ ਡਿਟੋ ਆਪਸ਼ਨ ਪਈਆਂ ਨੇ ਹਾਂਜੀ ਕੀ ਆ ਬੱਚੇ ਇੱਕ ਵਿੰਡੋਜ਼ ਯੂਟਿਲਿਟੀ ਪ੍ਰੋਗਰਾਮ ਜੋ ਬੇਲੋੜੇ ਟੁਕੜਿਆਂ ਨੂੰ ਲੱਭਦਾ ਹੈ ਤੇ ਹਟਾ ਦਿੰਦਾ ਹੈ ਅਤੇ ਕਾਰਵਾਈਆਂ ਨੂੰ ਅਨੁਕੂਲਨ ਬਣਾਉਣ ਲਈ ਡਿਸਕ ਸਪੇਸ 'ਚੋਂ ਫਾਈਲਾਂ ਦੇ ਅਨਵਰਤਿਆਂ ਨੂੰ ਮੁੜ ਵਿਵਸਥਿਤ ਕਰਦਾ ਤਾਂ ਉਹਨੂੰ ਕੀ ਕਹਿੰਦੇ ਨੇ ਜੀ ਹਾਂਜੀ ਬਿਲਕੁਲ ਬੱਚੇ ਬਿਲਕੁਲ ਸਬਦਾ ਅਨਸਰ ਆਣਾ ਚਾਹੀਦਾ ਪਿਆਰੇ ਬੱਚੋ ਸਬਦਾ ਅਨਸਰ ਆਣਾ ਚਾਹੀਦਾ ਤਾਂ ਅਨਸਰ ਆਊਗਾ ਬੱਚੀ ਆਪਣੇ ਕੋਲੇ ਹਾਂਜੀ ਕੀ ਅਨਸਰ ਆਊਗਾ ਤਾਂ ਉਹਨੂੰ ਕੀ ਕਹਿੰਦੇ ਨੇ ਬੱਚੋ ਡਿਸਕ ਡੀਫ੍ਰੈਗਮੈਂਟਰ ਕੀ ਕਹਿੰਦੇ ਬੱਚੇ ਡਿਸਕ ਡੀਫ੍ਰੈਗਮੈਂਟ ਡਿਸਕ ਡੀਫ੍ਰੈਗਮੈਂਟਰ ਕੀ ਹੁੰਦਾ ਬੱਚੀ ਆਪਣੇ ਕੋਲੇ ਜਿਹੜਾ ਅਨਵਾਂਟਡ ਸਪੇਸ ਨੂੰ ਰਿਮੂਵ ਕਰਦਾ ਕਿਹਨੂੰ ਕਰਦਾ ਬੱਚੋ ਅਨਵਾਂਟਡ ਸਪੇਸ ਨੂੰ ਰਿਮੂਵ ਕਰਦਾ ਉਹਨੂੰ ਕਹਿੰਦੇ ਆਪਾਂ ਡਿਸਕ ਡੀਫ੍ਰੈਗਮੈਂਟਰ ਬਿਲਕੁਲ ਕੁਝ ਜਿਵੇਂ ਆਪਾਂ ਸਪੇਸਿਸ ਖਾਲੀ ਰਹਿ ਜਾਂਦੀ ਹੈ ਨਾ ਜਿਵੇਂ ਕੋਈ ਟੁਕੜਾ ਕਿਤੇ ਖਾਲੀ ਪਿਆ ਕੋਈ ਟੁਕੜਾ ਕਿਤੇ ਖਾਲੀ ਪਿਆ ਕੋਈ ਟੁਕੜਾ ਕਿਤੇ ਖਾਲੀ ਪਿਆ ਤਾਂ ਉਹਨਾਂ ਨੂੰ ਆਪਸ ਵਿੱਚ ਜੋੜਦਾ ਹੈ ਉਹਨਾਂ ਨੂੰ ਆਪਸ ਵਿੱਚ ਜਿਹੇ ਸਪੇਸ ਨੂੰ ਯੂਜ਼ੇਬਲ ਬਣਾਉਂਦਾ ਹੈ ਤਾਂ ਕਰਕੇ ਉਹਨੂੰ ਕਹਿੰਦੇ ਬੱਚੇ ਆਪਾਂ ਡਿਸਕ ਡੀਫ੍ਰੈਗਮੈਂਟਰ ਹਾਂਜੀ ਬਿਲਕੁਲ ਜੀ ਬਿਲਕੁਲ ਤਾਂ ਬੱਚੇ ਕੀ ਹੈ ਡਿਸਕ ਡੀਫਰੈਗਮੈਂਟਰੀ ਇਜ਼ ਅ ਵਿੰਡੋ ਯੂਟਿਲਿਟੀ ਪ੍ਰੋਗਰਾਮ दैट ਲੋਕੇਟਸ ਐਂਡ ਐਲੀਮੀਨੇਟ ਦਾ ਅਨਨੈਸੈਸਰੀ ਫ੍ਰੈਗਮੈਂਟਸ ਐਂਡ ਰੀਅਰੇਂਜਸ ਦਾ ਫਾਈਲ ਅਨਯੂਜ਼ਡ ਟੂ ਡਿਸਕ ਸਪੇਸ ਬਿਲਕੁਲ ਜੀ ਬਿਲਕੁਲ ਡਿਸਕ ਆਪਰੇਸ਼ਨ ਦੇ ਅਨਯੂਜ਼ਡ ਫਾਈਲ ਨੂੰ ਕੀ ਕਰਦਾ ਬੱਚੇ ਉਹ ਕੰਬਾਈਨ ਕਰਦਾ ਨੈਕਸਟ ਹੈ ਬੱਚੇ ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਅ ਗਾਈਡਡ ਮੀਡੀਆ ਹਾਂਜੀ ਇਹਨਾਂ ਚ ਗਾਈਡਡ ਮੀਡੀਆ ਕਿਹੜਾ ਨਹੀਂ ਹੈਗਾ ਮੈਨੂੰ ਐਂ ਦੱਸੋ ਕਿ ਕਿਹੜਾ ਕਿਹੜਾ ਬੱਚਾ ਕਲਰਕ ਦਾ ਪੇਪਰ ਦੇ ਕੇ ਆਇਆ ਸੀ ਤੇ ਕੰਪਿਊਟਰ ਚ ਪੂਰੇ ਚੋਂ ਪੂਰੇ ਨੰਬਰ ਲੈਨੇ ਹਾਂ ਬਿਲਕੁਲ ਜੀ ਬਿਲਕੁਲ ਤਾਂ ਬੱਚੇ ਕੀ ਹੈ ਵਿਚ ਆਫ ਦਾ ਫੋਲੋਇੰਗ ਇਸ ਨੋਟ ਅ ਗਾਈਡਡ ਮੀਡੀਆ ਇਹਨਾਂ ਚੋਂ ਕਿਹੜਾ ਗਾਈਡਡ ਮੀਡੀਆ ਨਹੀਂ ਹੈ ਇਸ ਤੋਂ ਬਾਅਦ ਮੈਂ ਐਨਾਲਿਸਿਸ ਵੀ ਹੈ ਪੇਪਰ ਦਾ ਸਾਰਾ ਦੱਸੂਗਾ ਕਿ ਇਹ ਆਪਾਂ ਨੇ ਕੀਤਾ ਹੋਇਆ ਐਨਾਲਿਸਿਸ ਹੈ ਤਾਂ ਬਾਅਦ 245 ਦੇ ਆਪਣਾ ਐਨਾਲਿਸਿਸ ਹੈ ਤਾਂ ਐਨਾਲਿਸਿਸ ਚ ਸਭ ਨੇ ਆਣਾ ਸਾਰਾ ਚੀਜ਼ਾਂ ਸਮਝਾਉਂਗਾ ਜੋ ਪੇਪਰ 'ਚ ਕੁਐਸਚਨ ਆਏ ਨੇ ਹਾਂਜੀ ਇੱਥੇ ਲਿਖਿਆ ਵਿੱਚੋਂ ਕਿਹੜਾ ਗਾਈਡਡ ਮੀਡੀਆ ਨਹੀਂ ਹੈ ਇੱਥੇ ਲਿਖਿਆ ਵਿੱਚੋਂ ਗਾਈਡਡ ਮੀਡੀਆ ਕਿਹੜਾ ਨਹੀਂ ਹੈਗਾ ਬੱਚੇ ਵਾਈਫਾਈ ਬਿਲਕੁਲ ਜੀ ਵਾਈਫਾਈ ਹਾਂਜੀ तो की होगा वाईफाई क्या बच्चों गाइडेड मीडिया नहीं है गाइडेड मीडिया विच आर दो दैट प्रोवाइडेड ए कंड्यूट वन डिवाइस टू अनदर इनकलूडेड ट्विस्टड पेयर केबल आ गया क्वैक्सीयल केबल आ गई फाइबर ऑप्टिकल केबल आ गई तो यह बच्चे की चाहते सारे गाइडेड मीडिया आते सारे की चाहते बच्चों गाइड मीडिया के आते लेकिन वाईफाई है अपना गाइडड मीडिया नहीं है वो की है मीडिया है हां जी साची काल बच्चों साची काल जी साची काल हां जी नेक्स्ट ਆਂਦਾ ਬੱਚੇ ਇਨ ਐਮ ਐਸ ਐਕਸਲ ਐਂਡ ਐਕਟਿਵ ਸੈੱਲ ਐਮ ਐਸ ਐਕਸਲ ਵਿੱਚ ਇੱਕ ਐਕਟਿਵ ਸੈੱਲ ਨੂੰ ਕੀ ਕਹਿੰਦੇ ਨੇ ਜਿਸ ਦਾ ਵਨ ਵਿਚ ਇਜ਼ ਦਾ ਲਾਸਟ ਇਨ ਦਾ ਵਰਕਬੁੱਕ ਦਾ ਵਨ ਇਨ ਵਿੱਚ ਯੂਜ਼ਰ ਕਰੰਟਲੀ ਵਰਕਿੰਗ ਦਾ ਵਨ ਵਿਚ ਨੈਕਸਟ ਟੂ ਦਾ ਯੂਜ਼ਡ ਬਾਈ ਦਾ ਯੂਜ਼ਰ ਦਾ ਵਨ ਵਿਚ ਐਟ ਦਾ ਮਿਡਲ ਆਫ ਅ ਵਰਕਸ਼ੀਟ ਹਾਂ ਜੀ ਬਿਲਕੁਲ ਜੀ ਬਿਲਕੁਲ ਕਹਿ ਸਕਦੇ ਆ ਰਾਗਨੀ ਜੀ ਕਹਿ ਸਕਦੇ ਆ ਬੱਚੇ ਹਾਂ ਜੀ ਤਾਂ ਬੱਚੇ ਕੀ ਹੋਗਾ ਇਹਨਾਂ ਐਕਸਲ ਵਿੱਚ ਐਕਟਿਵ ਸੈੱਲ ਕੀ ਹੁੰਦਾ ਹਾਂ ਜੀ ਮੈਨੂੰ ਐ ਦੱਸੋ ਕਨਸਟੇਬਲ ਵਾਲਾ ਕਿਹੜਾ ਕਿਹੜਾ ਬੱਚਾ ਜਿਹੜਾ ਕਨਸਟੇਬਲ ਦੀ ਤਿਆਰੀ ਕਰ ਰਿਹਾ ਹੈ ਕਨਸਟੇਬਲ ਵਾਲਾ ਕਿਹੜਾ ਕਿਹੜਾ ਬੱਚਾ ਕੀ ਸਰ ਹਾਂ ਕਨਸਟੇਬਲ ਦੀ ਤਿਆਰੀ ਕਰ ਰਿਹਾ ਤੇ ਅਸੀਂ ਕਲਰਕ ਦਾ ਵੀ ਦੇਣਾ ਜਿਹੜਾ 16 ਤਰੀਕ ਨੂੰ ਆ ਰਿਹਾ ਦੋਨਾਂ ਚ ਦੱਸੋ ਮੈਨੂੰ ਕਿਹੜਾ ਕਿਹੜਾ ਬੱਚਾ ਤਿਆਰੀ ਕਰ ਰਿਹਾ ਹਾਂਜੀ ਦਾ ਵਨ ਇਨ ਵਿੱਚ ਯੂਜ਼ਰ ਕਰੰਟਲੀ ਵਰਕਿੰਗ ਜਿੱਤੇ ਯੂਜ਼ਰ ਕਰੰਟਲੀ ਵਰਕ ਕਰ ਰਿਹਾ ਉਹਨੂੰ ਕੀ ਕਹਿੰਦੇ ਬੱਚੋ ਐਕਟਿਵ ਸੈੱਲ ਕਹਿੰਦੇ ਹਾਂ ਉਹਨੂੰ ਕੀ ਕਹਿੰਦੇ ਬੱਚੋ ਐਕਟਿਵ ਸੈੱਲ ਕਹਿੰਦੇ ਹਾਂ ਬਿਲਕੁਲ ਜੀ ਬਿਲਕੁਲ ਤਾਂ ਬਹੁਤ ਬੱਚੇ ਕਨਸਟੇਬਲ ਵਾਲੇ ਨੇ ਕਿ ਸਰ ਹਾਂ ਜੀ ਸੀ ਕਨਸਟੇਬਲ ਹੀ ਤਿਆਰੀ ਕਰ ਰਹੇ ਆ ਕਲਰਕ ਵਾਲੇ ਵੀ ਨੇ ਹਾਂ ਜੀ ਚਲੋ ਇਹ ਵੀ ਤੁਹਾਡੇ ਨਾਲ ਪ੍ਰੋਮਿਸ ਰਿਹਾ ਕਨਸਟੇਬਲ ਦਾ ਪੇਪਰ ਵੀ ਤੇ ਕਲਰਕ ਦਾ ਪੇਪਰ ਵੀ ਜੇ ਪ੍ਰਮਾਤਮਾ ਨੇ ਚਾਇਆ ਆਪਣੀ ਕਲਾਸਾਂ ਦੇ ਵਿੱਚੋਂ ਆਊਗਾ ਕਿਉਂਕਿ ਜਿੰਨੇ ਵੀ ਆਪਣੇ ਪਿਛਲੇ ਪੇਪਰ ਹੋਏ ਸਾਰੇ ਆਪਣੀ ਕਲਾਸਾਂ ਦੇ ਵਿੱਚੋਂ ਆਏ ਨੇ ਤੇ ਉਹਦਾ ਸ਼ੁਕਰ ਦਾਤਾ ਦੇ ਦਾ ਤਾਂ ਜਿਹੜਾ ਕਨਸਟੇਬਲ ਹੈ ਤੇ ਕਲਰਕ ਦਾ ਪੇਪਰ ਅਗਲਾ ਆਇਓ ਤੇ ਉਹ ਵੀ ਆਪਣੀ ਕਲਾਸਾਂ ਦੇ ਵਿੱਚੋਂ ਹੀ ਆਊਗਾ ਹਾਂਜੀ ਡਬਲ ਕਲਿਕ ਡਬਲ ਕਲਿਕ ਬੱਚੇ ਓਨ ਇਸ ਸੈੱਲ ਵਿੱਚ ਐਕਟਿਵ ਜਦੋਂ ਆਪਾਂ ਇੱਕ ਸੈੱਲ ਨੂੰ ਐਡੀਟੇਬਲ ਕਿਨੂੰ ਬਣਾਉਂਦੇ ਆ हां जी ਤਾਂ ਬੱਚੇ ਡਾ ਇੱਕ ਸੈੱਲ ਨੂੰ ਆਪਾਂ ਜਿਹੜੇ ਸਿਲੈਕਟਿਡ ਸੈੱਲ ਹੁੰਦਾ ਤੁਹਾਨੂੰ ਐਡੀਟੇਬਲ ਆਪਾਂ ਤਿੰਨ ਤਰੀਕਿਆਂ ਨਾਲ ਬਣਾ ਸਕਦੇ ਕਿਹਦੇ ਨਾਲ ਡਬਲ ਕਲਿੱਕ ਨਾਲ ਹੈ ਨਾ ਤੇ ਹੋਰ ਕੀ ਬੱਚੇ ਬਾਈ ਟਾਈਪਿੰਗ ਇਨ ਫਾਰਮੂਲਾ 바ਰ ਤੇ ਬਾਈ ਪ੍ਰੈਸਿੰਗ F2 F2 ਪ੍ਰੈਸ ਕਰਕੇ ਬਿਲਕੁਲ ਜੀ ਬਿਲਕੁਲ ਤਾਂ ਬੱਚੋ ਕਲਾਸ ਨਹੀਂ ਛੱਡਣੀ ਹੈਗੀ ਕਲਾਸ ਡੇਲੀ ਲਾਨੀ ਹੈ ਜੇ ਤੁਸੀਂ ਕਹਿ ਚਾਹਦੇ ਹੋ ਕਿ ਕੰਪਿਊਟਰ ਚ ਮੇਰੇ ਕੌਨਸਟੇਬਲ ਚ ਬੱਚੇ ਕੀ ਹੈ ਪੇ ਮੇਰੇ ਪੂਰੇ ਦੇ ਪੂਰੇ ਨੰਬਰ ਆ ਜਾਣ ਤਾਂ ਕਲਾਸ ਡੇਲੀ ਲਾਨੀ ਹੈ ਕਲਾਸ ਨਹੀਂ ਛੱਡਣੀ ਹੈਗੀ हां जी नेक्स्ट बच्चे व्हिच ऑफ द फॉलोइंग इज नॉट एन ऑक्टल नंबर हां जी हेठा ਦਿੱਤਾ ਵਿੱਚੋਂ ਕਿਹੜਾ ਆਕਟਲ ਨੰਬਰ ਨਹੀਂ ਹੈ हां जी ਸਰ ਸੁ린ਦਰ ਕੋਰ ਜੀ ਹਾਂ ਜੀ ਸਰ ਮੈਂ ਪੇਪਰ ਨਹੀਂ ਭਰਿਆ ਸੀ ਬਟ ਸਰ ਜੀ ਤੁਹਾਡਾ ਕਰਾਇਆ ਹੋਇਆ ਆਇਆ ਸਾਰਾ ਕਲਰਕ ਚ ਜੋ ਡੇਲੀ ਕੁਐਸਚਨ ਕਰਦੇ ਹਾਂ ਬਿਲਕੁਲ ਜੀ ਬਿਲਕੁਲ ਤਾਂ ਬੱਚੋ ਕਨਸਟੇਬਲ ਚ ਵੀ ਡਿਟੋ ਆਊਗਾ ਕਨਸਟੇਬਲ ਚ ਵੀ ਡਿਟੋ ਆਊਗਾ ਪਰਗਟ ਸਿੰਘ ਜੀ ਤੁਸੀਂ ਕਲਾਸ ਕੱਟ ਲਾਣੇ ਤਾਂ ਗਲਤ ਹੋਗੇ ਪਰਗਟ ਸਿੰਘ ਜੀ ਕਲਾਸ ਕੱਟ ਲਾਣੇ ਬੱਚੇ ਤਾਂ ਗਲਤ ਹੋਗੇ ਤਾਂ ਅਨਸਰ ਆਊਗਾ ਬੱਚੇ ਕਿਹੜਾ 258 258 ਕੀ ਹੈ ਬੱਚੋ octal ਨੰਬਰ ਨਹੀਂ ਹੈਗਾ ਅੱਜ ਆਪਣੇ ਕੀ ਹੈ 0 ਤੋਂ 7 ਤੱਕ ਹੁੰਦੇ ਆਪਣੇ octal ਨੰਬਰ ਕਿਤਾਕ ਹੁੰਦੇ ਹੈ 0 ਤੋਂ 7 ਤੱਕ ਹੁੰਦੇ ਦੇਖੋ ਆਪਣੇ ਕੋਲੇ 0 1 2 3 4 5 6 7 ਨੈਕਸਟ ਬੱਚੇ ਵਿਚ ਮੈਮਰੀ ਵਿਚ ਇਜ਼ ਅ ਸਪੈਸ਼ਲ ਰਜਿਸਟਰ ਦੈਟ ਹੋਲਡਸ ਅ ਐਡਰੈਸ ਆਫ ਦ ਨੈਕਸਟ ਇਨਸਟਰਕਸ਼ਨ ਟੂ ਬੀ ਐਗਜ਼ੀਕਿਊਟਿਡ ਹਾਂਜੀ ਜੋ ਕਿ ਇੱਕ ਵਿਸ਼ੇਸ਼ ਰਜਿਸਟਰ ਹੈ ਜਿਸ ਵਿੱਚ ਅਗਲੀ ਹਿਤਾਜ ਦਾ ਤਾਂ ਮੈਮਰੀ ਦਾ ਪਤਾ ਹੁੰਦਾ ਹੈ ਹਾਂਜੀ ਤਾਂ ਬੱਚੇ ਕੀ ਆਪਣੇ ਕੋਲੇ ਜੋ ਕਿ ਇੱਕ ਵਿਸ਼ੇਸ਼ ਰਜਿਸਟਰ ਜਿਸ ਵਿੱਚ ਅਗਲੀ ਹਿਤਾਜਤਾਂ ਦੀ ਮੈਮਰੀ ਦਾ ਪਤਾ ਹੁੰਦਾ ਹੈ ਤਾਂ ਆਪਸ਼ਨ ਨੰਬਰ ਚ ਆਪਣੇ ਕੋਲੇ ਪ੍ਰੋਗਰਾਮ ਕਾਊਂਟਰ ਇਨਸਟਰਕਸ਼ਨ ਰਜਿਸਟਰ ਐਕਮੂਲੇਟਰ ਜਾਂ ਰਿਜ਼ਲਟ ਰਜਿਸਟਰ ਹਾਂਜੀ ਬਿਲਕੁਲ ਜੀ ਬਿਲਕੁਲ ਹਾਂਜੀ ਬਿਲਕੁਲ ਜੀ ਬਿਲਕੁਲ ਹਾਂਜੀ ਸਬਦ ਅਨੁਸਾਰਨਾ ਚੀ ਦਾ ਬੱਚੇ ਕਿਹੜਾ ਰਜਿਸਟਰ ਹੈ ਜਿਹੜਾ ਕੀ ਹੈ ਨੈਕਸਟ ਮੈਮਰੀ ਦਾ ਐਡਰੈਸ ਸਟੋਰ ਕਰਕੇ ਰੱਖਦਾ ਹੈ ਵਿਚ ਇਸ ਅ ਸਪੈਸ਼ਲ ਰਜਿਸਟਰ ਦੈਟ ਹੋਲਡਸ ਦਾ ਨੈਕਸਟ ਇਨਸਟਰਕਸ਼ਨ ਜਿਹੜਾ ਨੈਕਸਟ ਇਨਸਟਰਕਸ਼ਨ ਐਗਜ਼ੀਕਿਊਟ ਹੋਣੀ ਹੈ ਉਹਦਾ ਐਡਰੈਸ ਰੱਖਦਾ ਕੌਣ ਰੱਖਦਾ ਬੱਚੇ ਪ੍ਰੋਗਰਾਮ ਕਾਊਂਟਰ ਰੱਖਦਾ ਹੈ ਬਿਲਕੁਲ ਪ੍ਰੋਗਰਾਮ ਕਾਊਂਟਰ ਹੈ ਤਾਂ A ਅੰਸਰ ਹੋਊਗਾ ਕਾਫੀ ਬਚਿਆ ਐਕਮੂਲੇਟਰ ਬੋਲ ਰਿਹਾ ਐਕਮੂਲੇਟਰ ਤਾਂ ਬੱਚੇ ਰਿਜ਼ਲਟ ਸਟੋਰ ਕਰਦਾ ਕੀ ਕਰਦਾ ਬੱਚੋ ਰਿਜ਼ਲਟ ਸਟੋਰ ਕਰਦਾ ਐਕਮੂਲੇਟਰ ਐਕਮੂਲੇਟਰ ਕੀ ਕਰਦਾ ਬੱਚੋ ਰਿਜ਼ਲਟ ਸਟੋਰ ਕਰਦਾ ਹੈ ਗੁੱਡ ਮਾਰਨਿੰਗ ਜੀ ਗੁੱਡ ਅ ਗੁੱਡ ਮਾਰਨਿੰਗ ala ਕਿਹੜਾ ਗਿਆ ਮੌਸਮ ਪ੍ਰੀਤ ਅੱਛਾ ਗੁੱਡ ਮਾਰਨਿੰਗ ਤੁਹਾਡੀ ਮਾਰਨਿੰਗ ਹੋ ਨ ਹੋਈ ਬੱਚੇ ਚalo ਹਾਂ ਜਿਹੜਾ ਨੈਕਸਟ ਇਨਸਟਰਕਸ਼ਨ ਹੈ ਬੱਚਿਓ ਕੌਨ ਸਟੋਰ ਕਰਕੇ ਰੱਖਦਾ ਪ੍ਰੋਗਰਾਮ ਕਾਊਂਟਰ ਨੈਕਸਟ ਹੈ ਵਿਨਚੈਸਟਰ ਇਜ਼ ਅ ਵਿਚ ਟਾਈਪ ਆਫ ਡਿਸਕ ਵਿਨਚੈਸਟਰ ਕਿਹੜੀ ਡਿਸਕ ਹੈ ਜੀ ਸਰ ਪੈਗਟਿਵ ਮਾਰਕਿੰਗ ਹੈ ਸਰ ਪੰਜਾਬ ਪੁਲਿਸ ਕਨਸਟੇਬਲ ਚ ਨਹੀਂ ਬੱਚੇ ਨਹੀਂ ਪੰਜਾਬ ਪੁਲਿਸ ਚ ਕੋਨ ਨੈਗਟਿਵ ਮਾਰਕਿੰਗ ਨਹੀਂ ਹੈਗੀ ਤਾਂ ਬੱਚੇ ਕੀ ਹੈ ਵਿਨਚੈਸਟਰ ਡਿਸਕ ਕਿਸ ਕਿਸਮ ਦੀ ਡਿਸਕ ਹੈ ਮੈਗਨੇਟਿਕ ਡਿਸਕ ਆਪਟੀਕਲ ਡਿਸਕ ਫਾਈਬਰ ਡਿਸਕ ਜਾਂ ਕੈਸ਼ੀ ਮੈਮਰੀ ਹਾਂਜੀ ਵਿਨਚੈਸਟਰ ਕਿਸ ਟਾਈਪ ਦੀ ਡਿਸਕ ਹੈ ਬੱਚੇ ਵਿਨਚੈਸਟਰ ਦਮਨਪ੍ਰੀਤ ਜੀ ਕਲਾਸ ਲਾਲੋ ਪਹਿਲਾ ਐਂਡ ਤੇ ਦੇਖਦੇ ਆਂ ਕੀ ਰਹਿੰਦਾ ਰਿਜ਼ਲਟ ਹਾਂਜੀ ਤਾਂ ਬੱਚੇ ਵਿੰਚੈਸਟਰ ਕਿਸ ਟਾਈਪ ਦੀ ਡਿਸਕ ਹੈ ਬੱਚੇ ਵਿੰਚੈਸਟਰ ਵਿੰਚੈਸਟਰ ਬੱਚੇ ਆਪਣੇ ਕੋਲ ਕਿਹੜੀ ਹੈ ਮੈਗਨੇਟਿਕ ਡਿਸਕ ਹੈ ਇਹ ਕਿੱਥੇ ਯੂਜ਼ ਹੁੰਦੀ ਹੈ ਬੱਚੇ ਇਹ ਕਿੱਥੇ ਯੂਜ਼ ਹੁੰਦੀ ਹੈ ਇੱਥੇ ਜਦੋਂ ਆਨਲਾਈਨ ਡਾਟਾ ਸਟੋਰ ਕਰਦੇ ਆਂ ਆਪਾਂ ਆਨਲਾਈਨ ਡਾਟਾ ਸਟੋਰ ਕਰਦੇ ਆਂ ਹਾਂਜੀ सर जी सिक्सटी प्लस नंबर बन रहे हैं जी टाइपिंग बारे गगनदीप कुमार दसूंगा बच्चे दसूंगा टाइपिंग का भी आप दस देंगे की क्राइटेरिया रहूगा सारा एंड च दसूंगा लेकिन हूँ कलास देख लो मै क्लास देख लो तो एंड च दसूंगा मैं टाइपिंग का की है विनचैसटर डिस्क एंड डिस्क पैक्स आर ऑफन यूजड ऑनलाइन बिल्कुल जो ऑनलाइन स्टोर कर दिया मैगनैटिक डिस्क होंगी है यह की होंगे बच्चे कहते वास्ते यूज है ऑनलाइन डेटा स्टोरेज वास्ते यूज़ होंगी है द नेक्स्ट अगर बच्चे हार्ड डिस्क इज कोटेड ऑन द बोथ साइड विद हां जी हार्ड डिस्क ਜਿਹੜੀ ਦੋਨੋਂ ਪਾਸੇ ਕੋਟ ਕੀਤੀ ਗਈ ਹੈ ਕਾਦੇ ਨਾਲ ਕੀਤੀ ਹੁੰਦੀ ਹੈ ਮੈਗਨੇਟਿਕ ਮੈਟੈਲਿਕ ਆਕਸਾਈਡ ਆਪਟੀਕਲ ਮੈਟੈਲਿਕ ਆਕਸਾਈਡ ਕਾਰਬਨ ਲੇਅਰ ਜਾਂ ਨਨ ਆਫ ਥੀਸ بچے ਕਲਾਸ ਲਾਇਆ ਕਰੋ ਸਤਿੰਦਰ ਦੀਪ ਸਿੰਘ ਜੀ ਡੇਲੀ ਕਲਾਸ ਲਾਇਆ ਕਰੋ ਬੱਚੇ ਕਲਾਸਾਂ ਦੇ ਵਿੱਚ ਹੀ ਸਭ ਕੁਝ ਮਿਲ ਜਾਣਾ ਹੈ ਪੀਡੀਐਫ ਦੀ ਲੋੜ ਹੀ ਨਹੀਂ ਪੈਣੀ ਬਾਕੀ ਦੇ ਦੂੰਗਾ ਪੀਡੀਐਫ ਲੇਕਿਨ ਕਲਾਸਾਂ ਦੇ ਵਿੱਚ ਆਪਾਂ ਦਿਮਾਗ 'ਚ ਫਿੱਟ ਕਰ ਦਾਂਗੇ ਕੰਪਿਊਟਰ ਸਾਰਾ ਤੇ ਲਾਈਕ ਨਹੀਂ ਕੀਤਾ ਐ ਨਹੀਂ ਰੋਂਡੀ ਪਾਣੀ ਦੇਖੋ ਆ ਤੁਸੀਂ ਆ ਗਲਤ ਰੋਂਡੀ ਪਾਣੀ ਨੂੰ ਲਾਈਕ ਨਹੀਂ ਕੀਤਾ ਹੈਗਾ ਬਿਲਕੁਲ ਕਿੰਨੇ ਬੱਚੇ ਆਨਲਾਈਨ ਦੇ ਲਾਈਕ ਬਹੁਤ ਘੱਟ ਨੇ ਹਾਂਜੀ ਹਾਰਡ ਡਿਸਕ ਬੱਚੇ ਕਿਹੜੇ ਮਟੀਰੀਅਲ ਨਾਲ ਕੋਟਡ ਹੁੰਦੀ ਹੈ ਬਿਲਕੁਲ ਹਾਰਡ ਡਿਸਕ ਜਿਹੜੀ ਕੋਟਡ ਹੁੰਦੀ ਹੈ ਬੱਚੇ ਉਹ ਮੈਗਨੇਟਿਕ ਮੈਟੈਲਿਕ ਆਕਸਾਈਡ ਨਾਲ ਕੋਟਡ ਹੁੰਦੀ ਹੈ ਕਿਹਦੇ ਨਾਲ ਹੁੰਦੀ ਹੈ ਬੱਚੋ ਮੈਗਨੇਟਿਕ ਮੈਟੈਲਿਕ ਆਕਸਾਈਡ ਨਾਲ ਕੋਟਡ ਹੁੰਦੀ ਹੈ ਆਪਣੀ ਹਾਰਡ ਡਿਸਕ ਦਾ ਡਿਸਕ ਇਜ਼ ਕੋਟਡ ਵਿਦ ਮੈਗਨੇਟਿਕ ਮਟੀਰੀਅਲ ਮੈਗਨੇਟਿਕ ਮਟੀਰੀਅਲ ਨਾਲ ਬੋਥ ਸਾਈਡ ਬੋਥ ਸਾਈਡ ਆਪਣੀ ਹਾਰਡ ਡਿਸਕ ਹੈ ਉਹ ਮੈਗਨੇਟਿਕ ਮੈਟੈਲਿਕ ਆਕਸਾਈਡ ਨਾਲ ਕੋਟਡ ਹੁੰਦੀ ਹੈ ਚਲੋ ਹਾਂਜੀ ਨੈਕਸਟ ਕੁਐਸਚਨ ਆ ਗਿਆ ਜੀ ਬੱਚੇ ਮੈਨੂੰ ਨਹੀਂ ਪਤਾ ਬੱਬੂ ਦੀ ਰਾਣੀ ਬੱਚੇ ਮੈਨੂੰ ਨਹੀਂ ਪਤਾ ਇਸ ਚੀਜ਼ ਦਾ ਨੈਕਸਟ ਸਵਾਲ ਬੱਚਿਓ ਆਪਣੇ ਕੋਲੇ ਵਿਚ ਆਫ ਦਾ ਫੋਲੋਇੰਗ ਸਟੋਰੀ ਡਿਵਾਈਸ ਇਜ਼ ਯੂਜ਼ ਟੂ ਕੰਪਨਸੇਟ ਫੋਰ ਡਿਫਰੈਂਸ ਇਨ ਦਾ ਰੇਟਸ ਆਫ ਫਲੋ ਆਫ ਡਾਟਾ ਫਰੋਮ ਵਨ ਡਿਵਾਈਸ ਟੂ ਅਨਦਰ ਡਿਵਾਈਸ ਮਤਲਬ ਜਦੋਂ ਇੱਕ ਡਿਵਾਈਸ ਤੋਂ ਡਾਟਾ ਦੂਜੇ ਡਿਵਾਈਸ ਦੇ ਵਿੱਚ ਜਾ ਰਿਹਾ ਹੁੰਦਾ ਤਾਂ ਕੁਛ ਨਾ ਕੁਛ ਸਪੇਸ ਘੱਟ ਵੱਧ ਜਾਂਦੀ ਹੈ ਹੈਨਾ ਤਾਂ ਕੁਝ ਬੱਚੇ ਘੱਟ ਵੱਧ ਸਪੇਸ ਜਾਂਦੀ ਹੈ ਤਾਂ ਉਹਨੂੰ ਕੀ ਕਹਿੰਦੇ ਮਿਕਾਟ ਸਪੀਡ ਘੱਟ ਵੱਧ ਜਾਂਦੀ ਹੈ ਤਾਂ ਉਹਨੂੰ ਸਪੀਡ ਨੂੰ ਮੈਨੇਜ ਕਰਨ ਲਈ ਆਪਾਂ ਕੀ ਯੂਜ਼ ਕਰਦੇ ਹਾਂ ਮਤਲਬ ਸਮਝ ਗਏ ਇੱਕ ਡਿਵਾਈਸ ਤੋਂ ਦੂਜੀ ਡਿਵਾਈਸ ਤੱਕ ਡਾਟਾ ਜਾ ਰਿਹਾ ਹੈ ਤਾਂ ਮੜੀ-ਮੋ ਇਹਦਾ ਨੂੰ ਕੀ ਕਹਿੰਦੇ ਨੇ हां जी बिल्कुल जी बिल्कुल मैसेज कर लो ਤੁਹਾਡੇ ਕੋਲੇ ਗਰੁੱਪਸ ਬਨੇ ਹੋਏ ਆ ਤਾਂ ਗਰੁੱਪਸ ਦੇ ਵਿੱਚ ਮੈਸੇਜ ਪਾ ਸਕਦੇ ਹੋ ਬੱਚੇ ਤਾਂ ਕਿ ਅੰਦੇ ਬੱਚੇ ਇੱਕ ਡਿਵਾਈਸ ਜੋ ਦੂਜੇ ਡਿਵਾਈਸ ਦਾ ਵਿੱਚ ਡੇਟਾ ਦੇ ਪ੍ਰਵਾਹ ਜਾਂ ਦਰਾਂ ਵਿੱਚ ਅੰਤਰ ਦੀ ਪਰਪਾਈ ਕਰਨ ਲਈ ਸਟੋਰੇਜ ਡਿਵਾਈਸਾਂ ਵਿੱਚ ਕਿਹੜਾ ਵਰਤਿਆ ਜਾਂਦਾ ਬੱਚੇ ਕਿਹੜਾ ਵਰਤਿਆ ਜਾਂਦਾ ਬਫਰ ਵਰਤੇ ਜਾਂਦਾ ਕੀ ਵਰਤਿਆ ਜਾਂਦਾ ਬੱਚੋ ਬਫਰ ਤਾਂ ਆਨਸਰ ਕੀ ਆਊਗਾ ਡੀ ਆਨਸਰ ਆਊਗਾ ਮੇਰੇ ਖਿਆਲ ਸਭ ਦਾ ਡੋਲੂ ਮੰਜਿਆ ਗਿਆ ਇਹੋ ਬੱਚੇ ਜਿਹੜੇ ਮੇਰੀ ਕਲਾਸ ਨਹੀਂ ਲਾਂਦੇ ਉਹਨਾਂ ਦਾ ਡੋਲੂ ਮੰਜਿਆ ਗਿਆ ਡੇਲੀ ਕਲਾਸ ਲਾਣੀ ਹੈ हां जी ਕਹਿੰਦੇ ਬਫਰ ਇਸ ਕੀ ਹੁੰਦਾ ਟੈਂਪਰੇਰੀ ਸਟੋਰੇਜ ਹੁੰਦਾ ਜੀ YouTube ਤੇ ਕਈ ਵਾਰ ਸਪੀਡ ਸਲੋ ਹੋ ਜਾਂਦੀ ਹੈ ਨਾ ਤਾਂ ਬਫਰਿੰਗ ਹੁੰਦੀ ਹੁੰਦੀ ਹੈ ਤੁਸੀਂ ਦੇਖਿਆ YouTube ਤੇ ਕਈ ਵਾਰ ਸਪੀਡ ਸਲੋ ਹੋ ਜਾਂਦੀ ਆਪਣੀ ਨੈਟ ਤੇ ਲੈਕਚਰ ਸੁਣ ਰਹੇ ਹੋ ਨੇ ਤਾਂ ਸਪੀਡ ਬਤੇ ਬੱਚੇ ਬਤੇ ਕਿ ਥੋੜੀ ਘੱਟ ਵੱਜ ਹੋ ਜਾਂਦੀ ਤਾਂ ਬਫਰਿੰਗ ਹੋ ਲਾਂਗੀ ਤਾਂ ਬਫਰ ਹੈ ਬੱਚੇ ਜੋ ਸਪੀਡ ਦੀ ਮਿਸਮੈਚ ਹੋ ਜਾਂਦੀ ਹੈ ਤਾਂ ਆਪਾਂ ਬਫਰ ਯੂਜ਼ ਕਰਦੇ ਆ ਗੁਰਨਾਨਕ ਟਰੈਕਟਰ ਜੀ ਹੈਲੋ ਜੀ ਹੈਲੋ ਬੱਚੇ ਮੂਨ ਕਾਲ ਆ ਗਏ ਹੈ ਚਲੋ ਹਾਂਜੀ ਕਹਿੰਦੇ ਵਿਚ ਆਫ ਦਾ ਫੋਲੋਇੰਗ ਪ੍ਰੋਗਰਾਮ ਡਿਜ਼ਾਈਨਿੰਗ ਟੂਲਸ ਆਰ ਕੰਟੇਨ ਸਟੈਂਡਰਡ ਗ੍ਰਾਫੀਕਲ ਸਿੰਬਲ ਯੂਜ਼ ਟੂ ਰਿਪਰੈਜ਼ੈਂਟ ਲੌਜੀਕਲ ਫਲੋ ਆਫ ਡਾਟਾ ਹਾਂਜੀ ਹੇਠਾਂ ਦਿੱਤੇ ਵਿੱਚੋਂ ਪ੍ਰੋਗਰਾਮ ਡਿਜ਼ਾਈਨਿੰਗ ਟੂਲ ਵਿੱਚੋਂ ਕਿਹੜੇ ਸਟੈਂਡਰਡ ਗ੍ਰਾਫੀਕਲ ਚਿੰਨ ਹੁੰਦੇ ਹਨ ਜੋ ਡਾਟਾ ਦੇ ਤਰਕ ਪ੍ਰਵਾਹ ਨੂੰ ਦਰਸਾਉਣ ਦੇ ਲਈ ਵਰਤੇ ਜਾਂਦੇ ਹਨ ਹਾਂਜੀ ਬਿਲਕੁਲ ਜੀ ਸਨਮੀਤ ਜੀ ਮੈਂ ਤਾਂ ਲਾਨਾ ਜੀ ਬਿਲਕੁਲ ਬੱਚੇ ਸਨਮੀਤ ਹੋ ਗਿਆ ਸਿਮਰਨ ਹੋ ਗਈ ਜਾਂ ਕੋਈ ਹੋਰ ਬੱਚੇ ਜਿਨ੍ਹਾਂ ਮੈਨੂੰ ਨਾਮ ਕੁਛ ਕੇ ਯਾਦ ਨੇ ਤਾਂ ਇਹ ਯੂਪੀ ਅੱਡਾ ਤੇ ਵੀ ਮਿਲਦੇ ਸੀ ਮੈਨੂੰ ਬਿਲਕੁਲ ਤੁਸੀਂ ਯੂਪੀ ਅੱਡਾ ਤੱਕ ਵੀ ਸਪੋਰਟ ਕੀਤਾ ਬੱਚੇ ਹਾਂਜੀ ਬਿਲਕੁਲ ਜੀ ਬਿਲਕੁਲ ਤਾਂ ਬੱਚੇ ਕੀ ਹੈ ਵਿਚ ਆਫ ਦਾ ਫੋਲਿੰਗ ਡਿਜ਼ਾਈਨਿੰਗ ਟੂਲ ਕੰਟੇਨਸ ਇਸ ਸਟੈਂਡਰਡ ਗ੍ਰਾਫਿਕਲ ਸਿੰਬਲ ਟੂ ਰਿਪਰੈਜ਼ੈਂਟ ਦਾ ਲੌਜੀਕਲ ਫਲੋ ਆਫ ਡਾਟਾ ਤਾਂ ਕੀ ਕੰਟੇਨ ਕਰਦਾ ਬੱਚੇ ਫਲੋ ਚਾਰਟ ਦਾ ਆਨਸਰ ਕੀ ਹੋਊਗਾ ਬੱਚੇ ਫਲੋ ਚਾਰਟ ਜਦੋਂ ਆਪਾਂ ਗ੍ਰਾਫਿਕਲ ਦੀ ਗੱਲ ਕਰਦੇ ਆ ਨਾ ਆਪਾਂ ਗ੍ਰਾਫਿਕਲ ਸਿੰਬਲ ਦਾ ਗ੍ਰਾਫੀਕਲ ਸਿੰਬਲ ਜਿਹੜੇ ਰਿਪਰਜੈਂਡ ਕਰਦੇ ਨੇ ਤਾਂ ਬੱਚੇ ਫਲੋ ਚਾਰਟ ਆਂਦਾ ਫਲੋ ਚਾਰਟ ਗੁੱਡ ਆਫਟਰਨੂੰ ਬੱਚੋ ਗੁੱਡ ਆਫਟਰਨੂੰ ਜੀ ਗੁੱਡ ਆਫਟਰਨੂੰ ਹਾਂਜੀ ਤਾਂ ਆਨਸਰ ਆਊਗਾ ਬੱਚੇ ਫਲੋ ਚਾਰਟ ਆਊਗਾ चलो हाँ जी देखो ये फ्लो चार्ट इज अ डायग्राम दैट शोज द ओवरव्यू ऑफ फ्लो चार्ट फ्लो चार्ट नॉर्मली यूज सेट ऑफ स्टैंडर्ड्स टू रीप्रजेंट डिफरेंट टाइप्स ऑफ डाटा बिल्कुल जी फ्लो चार्ट एवं बनते हैं कोई सॉफ्टवेयर डिवेल्पमेंट कर दिया स्टार्ट इनपुट वाइल आउटपुट इनपुट तो बच्चे सारे की बनते हैं फ्लो चार्ट बनते ने हाँ जी बिल्कुल कहता कू डिज़ाइन द लोटस वन टू थ्री स्पीड स्प्रैडशीट हाँ जी वन टू थ्री स्प्रैडशीट किने डिज़ाइन किए सी ਹਾਂ ਜੀ ਲੋਟਸ 1 2 3 ਸਪਰੈਡਸ਼ੀਟ ਕੀ ਨੇ ਡਿਜ਼ਾਈਨ ਕੀਤੀ ਸੀ ਬਿਲਕੁਲ ਸਾਵਧਾਨ ਸੁਰਾਨਾ ਚਾਹੀਦਾ ਜੀ 10 ਵਜੇ ਕਲਾਸ ਲੱਗੂਗੀ ਨਹੀਂ ਬੱਚੇ 10 ਵਜੇ ਨਹੀਂ ਲੱਗਦੀ ਨੈਕਸਟ ਵੀਕ ਤੋਂ ਲੱਗੂਗੀ ਇਸ ਵੀਕ ਥੋੜਾ ਜਿਹਾ ਬੀਜ਼ੀ ਸ਼ੈਡਿਊਲ ਚੱਲੀ ਜਾਂਦਾ ਹੈ ਹਨਾ ਬੀਜ਼ੀ ਸ਼ੈਡਿਊਲ ਚੱਲੀ ਜਾਂਦਾ ਹੈ ਨੈਕਸਟ ਵੀਕ ਤੋਂ ਲੱਗੂਗੀ 10 ਵਜੇ ਕਲਾਸ ਇਸ ਵੀਕ ਤੇ ਸ਼ਾਇਦ ਤੁਹਾਡੇ ਦੋ ਤਿੰਨ ਕਲਾਸਾਂ ਮਿਸ ਵੀ ਹੋ ਜਾਣ ਮੈਂ ਫਰਾਈਡੇ ਸੈਟਰਡੇ ਸੰਡੇ ਫਰਾਈਡੇ ਹਨਾ ਆਪਣਾ ਥਰਸਡੇ ਫਰਾਈਡੇ ਸੈਟਰਡੇ ਛੁੱਟੀ ਤੇ ਆ हाँ जी तो लोटस वन टू थ्री किने डिस डिस्कवर की दिस, सी बच्चों मिशेल कपूर ने किने डिस्कवर की ने सी बच्चों मिशेल कपूर ने हाँ जी तो मिशेल कपूर ने की सी लोटस वन टू थ्री हाँ जी चलो एवें दी सी बच्चों जी आप स्प्रैडशीट डिस्कवर हुई थी लोटस वन टू थ्री जी मिशेल कपूर ने डिस्कवर की ਚਾਲੋ ਹਾਂਜੀ ਨੈਕਸ ਸੰਦੇ ਬੱਚੇ ਆਈ ਐਨ ਐਕਸ ਨਿਮੋਨਿਕਸ ਟੈਂਡ ਫੋਰ ਆਈ ਐਨ ਐਕਸ ਨਿਮੋਨਿਕਸ ਦਾ ਕੀ ਅਰਥ ਹੈ ਬੱਚੋ ਆਈ ਐਨ ਐਕਸ ਨਿਮੋਨਿਕਸ ਦਾ ਬੱਚੋ ਇੱਕ ਜੀ ਜ਼ਿਆਦਾ ਜੇ ਕੰਪਿਊਟਰ ਦੀ ਕਲਾਸ ਲਾਉਂਗੇ ਮੈਂ ਕਹਿੰਨਾ ਕੰਪਿਊਟਰ ਚ ਮਾਰ ਨਹੀਂ ਖਾਉਂਗੇ ਤੁਸੀਂ ਦੇਖਿਆ ਵੀ ਮੈਂ ਸਪੈਸ਼ਲ ਤੁਹਾਨੂੰ ਆਈ ਕਹਿੰਦਾ ਹੁੰਦਾ ਸੀ ਵੀ ਆਪਣੀ ਕਲਾਸਾਂ ਦੇ ਵਿੱਚ ਆਊਗਾ ਡਿੱਟੋ ਆਪਣੀ ਕਲਾਸਾਂ ਦੇ ਵਿੱਚ ਆਇਆ ਤੇ ਇਸ ਚੀਜ਼ ਦੀ ਮੈਂ ਸ਼ਾਰਟ ਵੀਡੀਓ ਵੀ ਬਣਾਈ ਸੀ ਤੇ ਅੱਗੇ ਵੀ ਕਹਿ ਰਿਹਾ ਕਨਸਟੇਬਲ ਦੀ ਤੇ ਜਿੰਨਾ ਵੀ ਕਲਰਕ ਦਾ ਪੇਪਰ ਆਊਗਾ ਬੱਚੇ ਤਾਂ ਆਪਣੀ ਕਲਾਸਾਂ ਦੇ ਵਿੱਚੋਂ ਹੀ ਕੰਪਿਊਟਰ ਆਊਗਾ ਤਾਂ करके क्लास किसी ने मिस नहीं करनी जो पूरे पूरे नंबर लाने ने कंप्यूटर च हाँ जी आई एन एक्स निमोनिक स्टैंड फोर आई एन एक्स निमोनिक जी हाँ जी क्या होगा बच्चों की आऊगा आई एन एक्स निमोनिक स्टैंड फोर बिल्कुल जी बिल्कुल हाँ जी आ, एसआई च वी आउजी नहीं बचे एसआई च डिट ऑप्शन नहीं आंदे लेकिन कांसेप्ट कराया हुआ कमा के जे क्वेश्चन करना फर्दले क्योंकि एसआई थोड़ा है ना डिटेल दे भी चीज पूछदा है अपन एक टॉपिक इता होगा कराया हुआ अपने चूया होगा लेकिन डिटो क्वेश्चन नहीं आंदे लेकिन कांस्टेबल दे क्लर्क च डिटो क्वेश्चन आनगी ओदी जिम्मेदारी मेरी हां जी आईएनएक्स निमोनिक्स आईएनएक्स निमोनिक्स सब बच्चे आंसर दिता नहीं इंक्रीमेंट एक्सटेंडर्ड रजिस्टर किया होगा बच्चे इंक्रीमेंट एक्सटेंडर्ड रजिस्टर बिल्कुल इंक्रीमेंट एक्सटेंडर्ड रजिस्टर देखो आईएनएक्सटैंड फॉर इंक्रीमेंट एक्सटेंडर्ड रजिस्टर है कि बच्चों इंक्रीमेंट एक्सटैडर्ड रजिस्टर है आईएनएक्स नैक्सट है बच्चे स्विच इज़ ए नैटवर्क डिवाइस हू इज़ रिसपोंसीबिली हाँ जी स्विच की काम करता बच्चे स्विच ए वाला नहीं है कई बच्चे कहें सर वो तो स्विच तो लाइट ऑन ऑफ करता हूँ है ना लाइट ऑन ऑफ वाला नहीं है बचे ये अपना जोड़ा है कंप्यूटर लगता स्विच है ना एक कि लगता बचो एक कंप्यूटर लगता स्विचता स्विच इज ए नैटवर्क डिवाइस हू इज़ रिसपोंसीबल टू जविच है वह किस रिसपोंसीबल है प्रोटैक्ट फ्रॉम वायरस अटैक टर्न ऑफ द पावर टू नैटवर्क कनैक्ट नैटवर्क के डिवाइसेस बूट दा नेटवर्क या नॉन ऑफ़ दिस हाँ जी तब बच्चों स्विच का देवासी यूज़ कर दें स्विच हाँ जी बिल्कुल जी बिल्कुल थिओरी कराइए बच्चे ऐसा ही लियो रिवाइज़ कर लो हाँ जी जैन जैनवीर जैनवीर जी बिल्कुल बच्चे बिल्कुल रिवाइज़ कर लो बच्चे रिवाइज़ कर लो हाँ जी ਤਾਂ ਬੱਚੋ ਕੀ ਹੈ ਸਵਿਚ ਜਿਹਨ ਹੁਜ਼ ਰਿਸਪੌਂਸਿਬਲ ਟੂ ਹਾਂਜੀ ਕਾਦੇ ਵਾਸਤੇ ਕਨੈਕਟ ਦਾ ਨੈਟਵਰਕ ਡਿਵਾਈਸਸ ਬਿਲਕੁਲ ਨੈਟਵਰਕ ਡਿਵਾਈਸਸ ਨੂੰ ਕਨੈਕਟ ਕਰਨ ਲਈ ਆਪਾਂ ਕੀ ਯੂਜ਼ ਕਰਦੇ ਹਾਂ ਬੱਚੇ ਜੇਪੀ ਜੀ ਦੀ ਫੁੱਲ ਫਾਰਮ ਦੱਸਿਓ ਜੁਆਇੰਟ ਪਿਕਚਰ ਐਕਸਪਰਟ ਗਰੁੱਪ ਹਾਂਜੀ ਜੇਪੀ ਜੀ ਦੀ ਇੱਕ ਬੱਚਾ ਫੁੱਲ ਫਾਰਮ ਪੁੱਛ ਰਿਹਾ ਸੀ ਜੁਆਇੰਟ ਪਿਕਚਰ ਐਕਸਪਰਟ ਗਰੁੱਪ ਟੈਸਟ ਲਿੰਦੇ ਰਹਿੰਦੇ ਬੱਚੇ ਵੀ ਨਾ ਵੀ ਸਰ ਨੂੰ ਆਂਦਾ ਨਹੀਂ ਆਂਦਾ ਚਲੋ ਕੋਈ ਦਿੱਕਤ ਨਹੀਂ ਮਰਜੀ ਹੈ ਤੁਹਾਡੀ ਸੰਦੂ ਜੀ ਹਾਂਜੀ ਤਾਂ ਬੱਚੇ ਨੈਟਵਰਕ 스위ਚ ਕੰਟੇਨਿੰਗ ਨੈਟਵਰਕ ਡਿਵਾਈਸ ਟੂ ਈਚ ਐਨੇਬਲਡ ਐਨੇਬਲਿੰਗ देम ਦਾ ਐਕਸਚੇਂਜਿੰਗ ਦਾ ਡਾਟਾ ਪੈਕੇਟਸ ਬਿਲਕੁਲ ਅਗਰ ਡਾਟਾ ਪੈਕੇਟਸ ਨੂੰ ਆਪਸ ਵਿੱਚ ਕੀ ਡਾਟਾ ਐਕਸਚੇਂਜ ਕਰਨਾ ਹੈ ਥੈਨ ਆਪਾਂ ਕੀ ਯੂਜ਼ ਕਰਦੇ ਆ ਬੱਚੋ 스위ਚ ਦਾ ਯੂਜ਼ ਕਰਦੇ ਆ ਕੀ ਯੂਜ਼ ਕਰਦੇ ਆ ਬੱਚੋ 스위ਚ ਦਾ ਯੂਜ਼ ਕਰਦੇ ਆ हाँ जी नैक्सट बच्चे स्टोरेज ऑफ इंस्ट्रक्शन इन ए कंप्यूटर मेमोरी टू अनेबल ए परफॉर्म ए वराइटी ऑफ टास्क इन ए सीक्वेंस एंड इंट हू इंट्रोड्यूस द कंसैप्ट ऑफ स्टोरेज प्रोग्राम कन्सैप्ट हाँ जी ਬਿਲਕੁਲ ਬੱਚੇ ਬਿਲਕੁਲ ਤਾਂ ਕੀ ਕਹਿੰਦਾ ਹੈ ਕਹਿੰਦਾ ਕਿ ਸਟੋਰੇਜ ਆਫ ਇਨਸਟਰਕਸ਼ਨ ਇਨ ਕੰਪਿਊਟਰ ਮੈਮਰੀ ਟੂ ਅਨੇਬਲ ਪਰਫੋਰਮ ਅ ਵੈਰਾਈਟੀ ਆਫ ਟਾਸਕ ਇਨ ਸੀਕਵੈਂਸ ਬਿਲਕੁਲ ਜੀ ਤਾਂ ਇਹ ਸਟੋਰੇਜ ਹੁੰਦੀ ਉਹ ਸੀਕਵੈਂਸ ਦੇ ਵਿੱਚ ਹੁੰਦੀ ਹੈ ਜਾਂ ਇੰਟਰਮੀਟੈਂਟਲੀ ਹੁੰਦੀ ਹੈ ਤਾਂ ਜਿਹੜਾ ਸਟੋਰੇਜ ਦਾ ਕਨਸੈਪਟ ਹੈ ਕੀਨੇ ਦਿੱਤਾ ਸੀ ਆਪਾਂ ਨੂੰ ਹਾਂਜੀ ਸਟੋਰੇਜ ਦਾ ਕਨਸੈਪਟ ਕੀਨੇ ਦਿੱਤਾ ਸੀ ਹਾਂਜੀ ਬਿਲਕੁਲ ਜੀ ਬਿਲਕੁਲ ਸੋਨੀਆਂ ਜੀ ਐਸਆਈ ਲਈ ਵੀ ਮੈਂ ਇੱਕ ਲਾਸਟ ਕਲਾਸ ਦੇ ਵਿੱਚ ਦੱਸਿਆ ਸੀ ਵੀ ਕਿਵੇਂ-ਕਿਵੇਂ ਪੁੱਛਦੇ ਐਸਆਈ 'ਚ ਕਿਵੇਂ ਪ੍ਰੀਪੇਅਰ ਕਰ ਸਕਦੇ ਆ ਮੈਂ ਪ੍ਰੋਪਰ ਦੱਸਿਆ ਸੀ ਐਸਆਈ ਲਈ ਵੀ ਬੱਚੇ ਓਮੀ ਆਊਗਾ ਪੇਪਰ ਐਸਆਈ ਦਾ ਵੀ ਜਿਵੇਂ ਆਪਾਂ ਦੱਸਿਆ ਸੀ ਪੇਡ ਦੇ ਵਿੱਚ ਵੀ ਦੱਸਿਆ ਸੀ ਸਾਰਾ ਕਿਵੇਂ ਕਰਦੇ ਆ ਕਿਵੇਂ ਕੀ ਪ੍ਰੋਸੈਸ ਰਹਿੰਦਾ ਹੈ ਕਿਵੇਂ ਤੁਸੀਂ ਐਸਆਈ ਦਾ ਪੇਪਰ ਅਟੈਂਪਟ ਕਰ ਸਕਦੇ ਹੋ ਸਰ ਕੌਨਸਟੇਬਲ ਲਈ ਵੀ ਹੈ ਜੀ ਹਾਂ ਜੀ ਬਿਲਕੁਲ ਕੌਨਸਟੇਬਲ ਲਈ ਵੀ ਹੈ ਬੱਚੇ ਹੁਣ ਆਪਣਾ ਟਾਰਗੇਟ ਕੌਨਸਟੇਬਲ ਦਾ ਕੌਨਸਟੇਬਲ 'ਚ ਜਿੰਨੇ ਪੜਾਂਗੇ ਸਾਰੇ ਆਪਾਂ ਕੌਨਸਟੇਬਲ 'ਚ ਲੈ ਕੇ ਆਨੇ ਆ ਕੁਐਸਚਨ ਹਾਂਜੀ ਤਾਂ ਬਜਾ ਜਿਹੜਾ ਸਟੋਰੇਜ ਕਨਸੈਪਟ ਦਿੱਤਾ ਸੀ ਉਹ ਜੋਨ ਨਿਊਮੈਨ ਨੇ ਦਿੱਤਾ ਸੀ ਕਿ ਨਹੀਂ ਤਾਂ ਅਸੀਂ ਪਿਆਰੇ ਬੱਚੋ ਜੋਨ ਨਿਊਮੈਨ ਨੇ ਕੰਪਿਊਟਰ ਆਰਕੀਟੈਕਚਰ ਵੀ ਬਣਾਇਆ ਸੀ ਕੀ ਬਣਾਇਆ ਸੀ ਬੱਚੋ ਕੰਪਿਊਟਰ ਆਰਕੀਟੈਕਚਰ ਵੀ ਬਣਾਇਆ ਸੀ ਜੋਨ ਨਿਊਮੈਨ ਨੇ ਠੀਕ ਹੈ ਜੀ ਤਾਂ ਇਹਨਾਂ ਟਰਮ ਜੋਂਨ ਵਨ ਨਿਊਮੈਨ ਨੇ ਦਿੱਤੀ ਸੀ ਜਿਹੜਾ ਕੰਪਿਊਟਰ ਆਰਕੀਟੈਕਚਰ ਤੇ ਨੇ ਸਟੋਰੇਜ ਕਨਸੈਪਟ ਵੀ ਆਪਾਂ ਨੂੰ ਦਿੱਤਾ ਸੀ ਹਾਂਜੀ ਨੈਕਸਟ ਹੈ ਬੱਚੇ ਡੈਸ਼ ਇਸ ਦਾ ਪ੍ਰੋਸੈਸ ਆਫ ਕੈਰੀਂਗ ਆਊਟ ਦਾ ਕਮਾਂਡਸ ਹਾਂਜੀ ਹੁਕਮਾਂ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਹੈ ਕੀ ਹੈ ਬੱਚੋ ਆਪਣੇ ਕੋਲੇ ਫੈਚਿੰਗ ਸਟੋਰਿੰਗ ਡੀਕੋਡਿੰਗ ਐਗਜ਼ੀਕਿਊਟਿੰਗ ਐਂਡ ਨਨ ਆਫ ਥੀਸ ਹਾਂਜੀ ਹੁਕਮਾਂ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਕਿਹੜੀ ਹੈ ਜੀ 29 ਨੂੰ SI ਤੋਂ ਨਹੀਂ ਬੱਚੇ 29 ਨੂੰ ਮੈਂ ਲਗਾ ਨਹੀਂ ਸਕਦਾ ਮੈਰਾਥਨ ਕਿਉਂਕਿ 29 ਨੂੰ ਮੈਂ ਬਾਹਰਾਂ 29 ਨੂੰ ਬਾਹਰਾਂ ਬੱਚੇ ਮੈਂ ਮੈਰਾਥਨ ਲਾਈਨ ਲਗਾ ਸਕਦਾ 29 ਨੂੰ ਹਾਂਜੀ ਦਾ ਪ੍ਰੋਸੈਸ ਆਫ ਕੈਰੀਂਗ ਆਊਟ ਦਾ ਕਮਾਂਡਸ ਕਾਪ ਕੌਣ ਕਰਦਾ ਬੱਚੇ ਐਗਜ਼ੀਕਿਊਟਿੰਗ ਕੀ ਕਰਦੇ ਬੱਚੇ ਆਪਾਂ ਐਗਜ਼ੀਕਿਊਟਿੰਗ ਐਗਜ਼ੀਕਿਊਟਿੰਗ ਬੱਚੇ ਕੀ ਆਪਾਂ ਕੋਈ ਵੀ ਪ੍ਰੋਸੈਸ ਹੈ ਉਹਨੂੰ ਆਪਾਂ ਜਦੋਂ ਆਪਾਂ ਪ੍ਰੋਸੈਸਿੰਗ ਚ ਲੈ ਕੇ ਆਉਣਾ ਤਾ ਉਹਨੂੰ ਐਗਜ਼ੀਕਿਊਟਿੰਗ ਬੋਲਦੇ ਆਂ ਬੱਚੋ ਨੈਕਸਟ ਆ ਬੱਚੇ ਵਿਚ ਆਫ ਦਾ ਫੋਲੋਇੰਗ ਕੈਰੈਕਟਰਸ ਸਪੋਰਟਸ ਜਪਨੀਜ਼ ਐਂਡ ਚਾਈਨੀਜ਼ ਫੌਂਟ ਹਾਂਜੀ ਹੇਠਾ ਦਿੱਤੇ ਵਿੱਚੋਂ ਕਿਹੜੇ ਕਿਹੜਾ ਸੈਟ ਹੈ ਜੋ ਜਪਨੀਜ਼ ਤੇ ਚੀਨੀ ਫੌਂਟ ਦਾ ਸਮਰਥਨ ਕਰਦਾ ਹੈ ਹਾਂਜੀ ਕਿਹੜਾ ਬੱਚੇ ਜਿਹੜਾ ਜਪਾਨੀ ਤੇ ਚੀਨੀ ਫੋਨ ਦਾ ਸਮਰਥਨ ਕਰਦਾ ਹੈ ਜਲਦੀ ਜਲਦੀ ਅਨਸਰ ਦੋ ਹਾਂਜੀ ਸ਼ੁਰੂ ਹੋ ਸਕਦੇ ਆ ਬੱਚੇ ਸ਼ੁਰੂ ਹੋ ਸਕਦੇ ਆ ਤਾਂ ਬੱਚੇ ਦਾ ਅਨਸਰ ਆਊਗਾ ਸਕਾਈ ਕੋਡ ਆਊਗਾ ਕੌਣ ਸਪੋਰਟ ਕਰਦਾ ਬੱਚੋ ਸਕਾਈ ਕੋਡ ਕਿਹੜਾ ਬੱਚੋ ਸਕਾਈ ਕੋਡ ਸਪੋਰਟ ਕਰਦਾ ਬਿਲਕੁਲ ਜਿਹੜਾ ਜਪਾਨੀਸ ਤੇ ਚਾਈਨੀਜ਼ ਨੂੰ ਕਰਦਾ ਬੱਚੇ ਕੀ ਹੈ ਸਕਾਈ ਕੋਡ ਸਰ ਨੋਟ ਸ਼ੋਰ ਫॉर ਥਿਸ ਕੁਐਸਚਨ ਜੀ ਬਿਲਕੁਲ ਜੀ ਬਿਲਕੁਲ ਚਲੋ ਹਾਂਜੀ ਨੈਕਸਟ ਬੱਚੇ ਇਨ ਐਕਸਲ ਇਜ਼ ਆਇਡੈਂਟੀਫਾਈਡ ਇਜ਼ ਸੈੱਲ ਇਨ ਅਪਰ ਲੈਫਟ ਕੋਰਨਰ ਐਂਡ ਦਾ ਸੈੱਲ ਇਨ ਦਾ ਲੋਅਰ ਮੋਸਟ ਕੋਰਨਰ ਸੈਪਰੇਟਿਡ ਬਾਈ ਕੋਲਨ ਹਾਂਜੀ ਤਾਂ ਬੱਚੇ ਕੀ ਹੈ ਇਨ ਸੈੱਲ ਬਾਈ ਆਇਡੈਂਟੀਫਾਈਡ ਦਾ ਅਪਰ ਲੈਫਟ ਕੋਰਨਰ ਐਂਡ ਦਾ ਸੈੱਲ ਇਨ ਦਾ ਲੋਅਰ ਰਾਈਟ ਕੋਰਨਰ ਸੈਪਰੇਟਿਡ ਬਾਈ ਕੋਲਨ ਤਾਂ ਉਹਨੂੰ ਕੀ ਕਹਿੰਦੇ ਬੱਚੇ ਵਰਕਸ਼ੀਟ ਵੈਲਿਊ ਕਾਲ ਰੈਫਰੈਂਸ ਜਾਂ ਰੇਂਜ ਸਰ ਸਕਰੀਨ ਕਲੀਅਰ ਨਹੀਂ ਹੈ ਕਿਹੜਾ ਬੱਚਾ ਕਹਿ ਰਿਹਾ ਸਰ ਸਕਰੀਨ ਕਲੀਅਰ ਨਹੀਂ ਹੈ ਸਰ ਜੀ ਮੈਰਾਥਨ ਲੱਗ ਐਸਆਈ ਲਈ ਮੈਰਾਥਨ ਲੱਗਣੀ ਹੈ ਜੀ ਹਾਂ ਜੀ ਬੱਚੇ ਐਸਆਈ ਲਈ ਮੈਰਾਥਨ ਨਹੀਂ ਲੱਗਣੀ ਹੈ ਬੱਚੇ ਐਸਆਈ ਲਈ ਮੈਰਾਥਨ ਨਹੀਂ ਲੱਗਦੀ ਹੈ ਮੈਂ ਬੀਜ਼ੀ ਹਾਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਤਾਂ ਛੁੱਟੀ ਤੇ ਹਾਂ ਹਾਂਜੀ ਬਿਲਕੁਲ ਜੀ ਬਿਲਕੁਲ ਤਾਂ ਬੱਚੇ ਆਨਸਰ ਹੋਊਗਾ ਤਾਂ ਕਿ ਉਹ ਗਾ ਰੇਂਜ ਜਦੋਂ ਆਪਾਂ ਕੋਲਨ ਨਾਲ ਡਿਫਾਈਨ ਕਰਦੇ ਕਿਸੇ ਚੀਜ਼ ਨੂੰ ਤਾਂ ਬੱਚੇ ਆਪਾਂ ਰੇਂਜ ਡਿਫਾਈਨ ਕਰਦੇ ਆ ਕੀ ਡਿਫਾਈਨ ਕਰਦੇ ਆ ਬੱਚੇ ਰੇਂਜ ਡਿਫਾਈਨ ਕਰਦੇ ਆ ਨੈਕਸਟ ਹੈ ਵਿਚ ਆਫ ਦਾ ਫੋਲੋਇੰਗ ਮੈਨੂ ਸ਼ੋਜ਼ ਦਾ ਫਰਦਰ ਸਬ ਚੁਆਇਸਸ ਹਾਂਜੀ ਕਿਹੜਾ ਬੱਚੇ ਆਪਣੇ ਕੋਲੇ ਕੀ ਹੈ ਜਦੋਂ ਆਪਾਂ ਕੀ ਹੈ ਵਿਚ ਆਫ ਦਾ ਫੋਲੋਇੰਗ ਟਾਈਪਸ ਆਫ ਮੈਨੂ ਸ਼ੋਜ਼ ਦਾ ਫਰਦਰ ਸਬ ਚੁਆਇਸਸ ਹਾਂਜੀ ਤਾਂ ਬੱਚੇ ਹੀਟ ਲਿਖਿਆ ਵਿੱਚੋਂ ਕਿਹੜਾ ਅਗਲੇ ਉਪਚੋਨਾ ਨੂੰ ਦਿਖਾਉਂਦਾ ਹੈ ਰਿਵਰਸ ਟੈਂਪਲੇਟ ਸਕਰੋਲਡ ਰੈਪਡ ਜਾਂ ਪੁਲਡਾਊਨ ਬਿਲਕੁਲ ਬੱਚੇ ਬਿਲਕੁਲ ਹਾਂਜੀ ਸਬਦਾਂ ਅਨੁਸਾਰ ਆਣਾ ਚਾਹੀਦਾ ਪੈਰੇ ਵਿੱਚੋਂ ਸਬਦਾਂ ਅਨੁਸਾਰ ਆਨੇ ਇਸ ਤੋਂ ਬਾਅਦ ਨਾ ਮੈਂ ਐਨਾਲਿਸਿਸ ਕਰਵਾਉਂਗਾ ਉਹਦਾ ਕਿਦਾ ਬੱਚਿਓ ਜਿਹੜਾ ਕੱਲ ਦਾ ਪੇਪਰ ਹੋਇਆ ਹੈ ਹੈਨਾ ਤਾਂ ਇਸ ਤੋਂ ਬਾਅਦ ਉਸ 'ਚ ਵੀ ਜੋੜਨਾ ਤੁਸੀਂ ਐਨਾਲਿਸਿਸ ਦੇ ਵਿੱਚ ਜਿਨੇ ਕੁਐਸਚਨ ਆਏ ਕੱਲ ਦੇ ਸਾਰੇ ਆਪਾਂ ਡਿਸਕਸ ਕਰਾਂਗੇ ਕਿਪਤਾ ਅਗਲੇ ਪੇਪਰਾਂ ਵਿੱਚ ਤੁਹਾਨੂੰ ਵੀ ਉਹ ਕੋਵਿੰਦੇ ਕੁਐਸਚਨ ਮਿਲ ਜਾਣ ਹਾਂਜੀ ਤੁਹਾਨੂੰ ਵੀ ਕਿਪਤਾ ਬੱਚਿਓ ਓਵੇਂ ਦੇ ਕੁਐਸਚਨ ਮਿਲ ਜਾਣ ਤਾਂ ਬੱਚਿਓ ਇਹਦਾ ਅਨਸਰ ਆਊਗਾ ਪੁਲ ਡਾਊਨ ਮੈਨੂ ਕੀ ਆਊਗਾ ਬੱਚੇ ਪੁਲ ਡਾਊਨ ਮੈਨੂ ਆਊਗਾ ਬਿਲਕੁਲ ਕਿਹੜਾ ਆਊਗਾ ਬੱਚਿਓ ਪੁੱਲ ਡਾਊਨ ਮੈਨੂ ਇਟ ਅ ਫਰਦਰ ਸਬ ਚੋਇਸਿਸ ਦਿਖਾਉਂਦਾ ਬੱਚੇ ਉਹਨੂੰ ਪੁੱਲ ਡਾਊਨ ਮੈਨੂ ਕਹਿੰਦੇ ਆ ਪੁੱਲ ਡਾਊਨ ਇਜ਼ ਅ ਲਿਸਟ ਆਫ অপਸ਼ਨ ਦੈਟ ਅਪੀਅਰ ਐ ਵੈਨ ਯੂਜ਼ਰ ਕਲਿਕਸ ਓਨ ਅ ਮੈਨੂ ਬਟਨ ਤਾਂ ਬੱਚੇ ਉਹਨੂੰ ਪੁੱਲ ਡਾਊਨ ਮੈਨੂ ਕਹਿੰਦੇ ਆ ਨੈਕਸਟ ਹੈਗਾ ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਅ ਵਾਇਰਸ ਸੌਫਟਵੇਅਰ ਜੀ ਹਾਂਜੀ ਇਹਨਾਂ ਚੋਂ ਬੱਚੇ ਕਿਹੜਾ ਆਪਣੇ ਕੋਲੇ ਵਾਇਰਸ ਸੌਫਟਵੇਅਰ ਨਹੀਂ ਹੈ एंटीवायरस सॉफ्टवेयर नहीं है एंटीवाचो कि एंटीवायरस सॉफ्टवेयर नहीं है बिल्कुल जी बिल्कुल सब का आंसर आना चाहता प्यारे बच्चों सब का आंसर आना चाहिए है तो लाइक तो हाले भी नहीं की रों का लि रों नहीं पानी हम मैं थोड़ा रोंडी पान तो रों पाना देखो रों नहीं पा ਤਾਂ ਤੁਸੀਂ ਲਾਈਕ ਕਰਨ ਚ ਕਸਰ ਨਹੀਂ ਛੜਨੀ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਤੁਸੀਂ ਦੇਖੋ ਮੈਂ ਵੀ ਤੁਹਾਡੇ ਲਈ ਬਹੁਤ ਮਿਹਨਤ ਕਰਦਾ ਹਾਂ ਤੁਸੀਂ ਵੀ ਇੰਨਾ ਕਰਨੇ ਕਿ ਇੱਕ ਸ਼ੇਅਰ ਕਰਨੀ ਹੈ ਵੀਡੀਓ ਕਿ ਆਪਾਂ ਹਰੇਕ ਬੱਚੇ ਤੱਕ ਪਹੁੰਚ ਸਕੀਏ है ना तो बच्चे की अपने कोल ओरैकल है ओरैकल की है बच्चे अपने को एंटीवायरस सॉफ्टवेयर नहीं हैगा हाँ जी एन का बच्चे तो एनू एंटीवायरस सॉफ्टवेयर नहीं हैगा और ओरैकल की अपने को डी बी एम एस है और हाँ जी ओरैकल की है बच्चे डी बी एम एस है वट डज द थ्री जी स्टैंड फोर हाँ जी थ्री जी मतलब है बच्चे थ्री जी हाँ जी बच्चों थ्री जी थ्री जी स्टैन फोर थ्री जी का की अर्थ है थर्ड जनरेशन थ्री ट्रिलियन गीगाबाइट टेंथ ग्रिल्ड या ट्रिपल जनरेशन या थर्ड गेम हाँ जी थ्री डी का की मतलब है बच्चों थ्री डी का बिल्कुल थ्री जी सॉरी थ्री डी नहीं थ्री जी थर्ड जनरेशन की आऊगा बच्चे थर्ड जनरेशन आऊगा बिल्कुल तक होगा ए आंसर आऊगा काफ़ी बच्चे का ये गलत आंसर दे रहे हैं हाँ जी मतलब कंप्यूटर से जमी हाथ तंग है थर्ड जनरेशन आऊगा उन्होंने स्पैशल सलाह है कि जरूर लाइन क्लास कहना विच ऑफ द फॉलोइंग इज रिलेटेड टू द इंटरनेट हाँ जी एना चो कि टर्म है जी बच्चे अपने को इंटरनेट रिलेटिड है कि डबल्यू 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 सी पी यू रैम बस या पोर्ट ਹਾਂਜੀ ਕਿਹੜੀ ਟਰਮ ਹੈ ਬੱਚੇ ਆਪਣੇ ਕੋਲੇ ਕਿ ਇਹ ਇਹ ਜਿਹੜੀ ਹੈ ਆਪਣੇ ਕੋਲੇ ਕੀ ਹੈ ਇੰਟਰਨੈਸ਼ਨਲ ਰਿਲੇਟਡ ਹੈ ਬਿਲਕੁਲ ਪਿਆਰੇ ਬੱਚੋ ਬਿਲਕੁਲ ਸਬਦਾ ਅਨਸਰ ਆਉਣਾ ਚਾਹੀਦਾ ਬੱਚੋ ਸਬਦਾ ਅਨਸਰ ਆਉਣਾ ਚਾਹੀਦਾ ਹਾਂਜੀ ਕਿਹੜੀ ਟਰਮ ਹੈ ਬੱਚੇ ਦੀ ਇੰਟਰਨੈਸ਼ਨਲ ਰਿਲੇਟਡ ਹੈ ਬਿਲਕੁਲ ਦਾ ਅਨਸਰ ਆਊਗਾ ਬੱਚੇ www ਦਾ ਵਰਲਡਵਾਈਡ ਵੈਬ ਤਕਿਓ ਬੱਚੋ वर्ल्ड वाइड ਵੈਬ ਜਿਹੜੀ ਇੰਟਰਨੈਟ ਨਾਲ ਇੰਟਰਨੈਸ਼ਨਲ ਰਿਲੇਟਡ ਨੋ ਨੋਜ਼ ਅ ਵੈਬ www3b ਕਹਿੰਦੇ ਹਨ ਨੈਕਸਟ ਆ ਦਾ ਮੋਸਟ ਵਾਈਡਲੀ ਯੂਜ਼ਡ ਟਾਈਪ ਆਫ ਡਾਟਾਬੇਸ ਮੈਨੇਜਮੈਂਟ ਸਿਸਟਮ ਇਜ਼ ਹਾਂਜੀ ਡਾਟਾਬੇਸ ਪ੍ਰਬੰਧਨ ਪ੍ਰਣਾਲੀ ਦੀ ਸਭ ਤੋਂ ਵੱਧ ਵਰਤੀ ਜਾਂਦੀ ਕਿਸਮ ਹੈ ਕਿਹੜੀ ਫਲੈਟ ਡਾਟਾਬੇਸ ਨੈਟਵਰਕ ਡਾਟਾਬੇਸ ਰਿਲੇਸ਼ਨਲ ਡਾਟਾਬੇਸ ਹਾਇਰਾਰਕਲ ਯਾਂ ਨਾਨ ਆਫ ਥੀਸ हां जी प्यारे बच्चों सर जी मेनू कंप्यूटर बहुत ਘਟ ਆਂਦਾ ਜੀ ਬਿਲਕੁਲ ਬੱਚੇ ਦੇਖੋ ਡਾਕਟਰਲੇ ਵੀ ਆਪਾਂ ਕਿਉਂ ਜਾਨੇ ਜਦੋਂ ਬੁਖਾਰ ਜਾ ਚੜ ਜਾਂਦਾ ਹੈ ਨਾ ਜੇ ਆਪਾਂ ਬੁਖਾਰ ਜਨਾ ਚੜੇ ਫਿਰ ਡਾਕਟਰਲੇ ਵੀ ਕਿਉਂ ਜਾਈਏ ਤਾਂ ਮਤਲਬ ਜੇ ਕੰਪਿਊਟਰ ਨਹੀਂ ਆਂਦਾ ਕਲਾਸ ਲਾਓ ਹੈਨਾ ਪੇਡ ਕਲਾਸ ਲਾਓ ਇਹ ਬਾਈਟੀ ਲਾਓ ਕੰਪਿਊਟਰ ਮੈਗਨਾ ਤੁਸੀਂ ਕਹੋਗੇ ਕੰਪਿਊਟਰ ਕਹੋਗੇ ਫੜ ਕੇ ਦਿਮਾਗ ਚੋਂ ਵੀ ਨਿਕਲ ਦੂ ਕੰਪਿਊਟਰ ਉਹਗਾ ਮੈਂ ਤਾਂ ਨਿਕਲਦਾ ਨਹੀਂ ਹੈਗਾ ਤੁਸੀਂ ਲਾਓ ਤਾਂ ਕਲਾਸ ਆ ਯਾਰ ਕੰਨ ਡਾਟਾਬੇਸ ਪ੍ਰਣਾਲੀ ਦੀ ਸਭ ਤੋਂ ਵੱਧ ਵਰਤੀ ਜਾਣ ਵਾਲੀ ਕਿਸਮ ਕਿਹੜੀ ਹੈ ਤਾਂ ਕਿਹੜੀ ਹੈ ਬੱਚੇ ਆਪਣੇ ਕੋਲੇ ਰਿਲੇਸ਼ਨਲ ਡਾਟਾਬੇਸ ਕਿਹਾਗਾ ਬੱਚੇ ਰਿਲੇਸ਼ਨਲ ਡਾਟਾਬੇਸ ਬਿਲਕੁਲ ਜੀ ਤਾਂ ਬੱਚੇ ਕੀ ਹੈ ਰਿਲੇਸ਼ਨਲ ਡਾਟਾਬੇਸ ਸਭ ਤੋਂ ਵੱਧ ਵਰਤੀ ਜਾਂਦੀ ਹੈ ਆਪਣੇ ਕੋਲੇ ਡੀਬੀਐਮਐਸ ਦੇ ਵਿੱਚ ਬਿਲਕੁਲ ਜੀ ਤਾਂ ਬੱਚੇ ਕਿਹੜਾ ਸੌਫਟਵੇਅਰ ਯੂਜ਼ ਟੂ ਸਟੋਰ ਮੈਨੇਜ ਕੁਐਰੀ ਐਂਡ ਰਿਟਰੀਵ ਦਾ ਡਾਟਾ ਸਟੋਰਡ ਇਨ ਕਿੱਥੇ ਸਟੋਰ ਹੁੰਦਾ ਬੱਚੇ ਇਹ ਡਾਟਾਬੇਸ ਦੇ ਵਿੱਚ ਸਟੋਰ ਹੁੰਦਾ ਜਿਹਨੂੰ ਆਪਾਂ ਰਿਲੇਸ਼ਨਲ ਡਾਟਾਬੇਸ ਕਹਿੰਦੇ ਹਾਂ ਨੈਕਸਟ ਅੰਦਰ ਬੱਚੇ ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਅ ਕੰਪਿਊਟਰ ਪ੍ਰੋਗਰਾਮਿੰਗ ਲੈਂਗੁਏਜ ਹਾਂਜੀ ਬਿਲਕੁਲ ਜੀ ਇਹਨਾਂ ਵਿੱਚੋਂ ਕਿਹੜੀ ਕੰਪਿਊਟਰ ਭਾਸ਼ਾ ਨਹੀਂ ਹੈਗੀ ਸਿਮਰ ਸਿੰਘ ਜੀ ਬਿਲਕੁਲ ਸਹੀ ਗੱਲ ਹੈ ਜੀ ਅੱਜ ਕੱਲ ਕਿਸੇ ਕਿਸੇ ਕੋਲ ਨਾ ਦੋ ਪੈਸੇ ਬਾਜ ਜਨ ਅਗਲੇ ਨੂੰ ਐਂ ਲੱਗਦਾ ਵੀ ਯਾਰ ਦੋ ਨੰਬਰ ਹੀ ਹੈ ਪੱਕਾ ਦੋ ਨੰਬਰ ਹੀ ਹੈ ਹੈ ਨਾ ਲੋਕ ਦੇਖੋ ਰੀਸ ਨਹੀਂ ਕਰ ਸਕਦੇ ਲੇਕਿਨ ਕੀ ਕਹਿੰਦੇ ਐ ਕਿ ਪੱਕਾ ਯਾਰ ਝੂਠ ਤੂਫਾਨ ਪਤਾ ਨਹੀਂ ਕਿੰਨੇ ਅਗਰੇ ਗੱਲ ਕੱਟੇ ਹੋਣਗੇ ਕਿੰਨੇ ਅਗਰੇ ਐ ਨਹੀਂ ਸੋਚਦੇ ਵੀ ਇਹਨੇ ਬੰਦੇ ਨੇ ਮਿਹਨਤ ਕਿੰਨੀ ਕੀਤੀ ਹੋਊਗੀ ਕਿੰਨਾ ਡੈਡੀਕੇਸ਼ਨ ਨਾਲ ਕੰਮ ਕੀਤਾ ਹੋਊਗਾ ਹੈ ਨਾ ਕਿੰਨੇ ਪਰਮ ਕਿੰਨਾ ਕੋਈ ਦਾਨਪੁੰਨ ਕੀਤਾ ਹੋਊਗਾ ਜਿਹੜਾ ਜਿਹਨੂੰ ਫਲ ਮਿਲ ਰਿਹਾ ਖਾਣ ਨੂੰ तो बच्चे किया है इन्होंने किड़ी कंप्यूटर प्रोग्रामिंग भाषा अच्छा नहीं है तो बच्चे आंसर आऊगा टाइफन किया होगा बच्चों टाइफन बिल्कुल बच्चे की है अपने को पासकल बेसिक कबॉल हाँ जी जावा बच्चे की है यह अपने को की है लैंग्वेज ने बाकी वो लैंग्वेज नहीं है वट द फुल फॉर्म ऑफ वीडिये इज हाँ जी वीडिये का रूप है बचे वीडिये का ਮੈਨੂੰ ਇੱਕ ਬੱਚੇ ਦਾ ਮੈਸੇਜ ਆਇਆ ਮੈਨੂੰ ਕਹਿੰਦਾ ਕਹਿੰਦਾ ਸਰ ਤੁਸੀਂ ਪੀ ਟ੍ਰਿਪਲ ਪੀ ਟ੍ਰਿਪਲ ਐਸ ਬੀ ਨੂੰ ਪੈਸੇ ਖਵਾਏ ਨੇ ਮੈਂ ਕਿਹਾ ਨਾ ਯਾਰ ਐਮੀ ਤਾਂ ਕੋਈ ਗੱਲ ਨਹੀਂ ਹੈਗੀ ਕਹਿੰਦਾ ਸਰ ਪਟਵਾਰੀ ਦਾ ਪੇਪਰ ਤੁਹਾਡਾ ਕਾਪੀ ਕੀਤਾ ਹੋਇਆ ਕਲਰਕ ਐਕਸਾਈਜ਼ ਦਾ ਪੇਪਰ ਤੁਹਾਡਾ ਕਾਪੀ ਕੀਤਾ ਹੋਇਆ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਚ ਪੇਪਰ ਹੋਇਆ ਉਹ ਤੁਹਾਡਾ ਕਾਪੀ ਕੀਤਾ ਹੋਇਆ ਤੇ ਆ ਜਿਹੜਾ ਕਲਰਕ ਦਾ ਪੇਪਰ ਹੋਇਆ ਇਹ ਕਾਪੀ ਕੀਤਾ ਹੋਇਆ ਚਲੋ ਮੈਂ ਕਿਹਾ ਫਿਰ ਤਾਂ ਦਿੱਤੇ ਆ ਤੇਰੀ ਗੱਲ ਠੀਕ ਹੈ ਪੈਸੇ ਦਿੱਤੇ ਹੋਏ ਆ ਸਾਡੇ ਤਾਂ ਪੀ ਟ੍ਰਿਪਲ ਐਸ ਬੀ ਨੂੰ हाँ जी वीडिये का की रूप है बच्चे वीडिये तो वीडिये स्टैंड फॉर बच्चे वर्चुअल डैक्टॉप असैस की आऊगा वर्चुअल डैक्सटॉप असैस बिल्कुल ए हाँ जी की आऊगा बच्चे ए आऊगा तो वर्चुअल डैक्टॉप असैस बच्चे की है वीडियीए वर्चुअल डैक्कटॉप असैस दैट इज़ वीडीए की फुलफॉर्मेंस जो तो रिमोटली असैस करने डैक्सटॉप में तो बचे की यूज़ करते आप वीडीए का यूज़ करते हाँ वर्चुअल डैक्सटॉप असैस बिल्कुल नैक्सट है बचे विच ऑफ द फॉलिंग इज नॉट ए टाइप ऑफ एसक्यूअल लै स्टेटमेंट हाँ जी इन के अपने को एक्सक्यूअल टाइप की स्टेटमेंट नहीं हैगी ਕਨਸਟੇਬਲ ਵਾਲਿਆਂ ਨੂੰ ਵੀ ਦੇ ਦਿਓ ਜੀ ਪੈਸੇ ਦੇ ਤੇ ਬੱਚੇ ਉਹਨਾਂ ਦਾ ਭੇਜਤਾ ਆਪਾਂ ਨੇ ਉਹਨਾਂ ਦਾ ਜਿਹੜਾ ਹਿੱਸਾ ਸੀ ਨਾ ਉਹਨਾਂ ਨੂੰ ਭੇਜਤਾ ਵੀ ਚੱਕੋ ਕਨਸਟੇਬਲ ਵਾਲਿਓ ਪੇਪਰ ਕਲਾਸ ਚ ਆਉਣਾ ਜੀ ਸਾਡੀ ਚੋਂ ਬਸ ਬਸ ਤੁਸੀਂ ਕਲਾਸਾਂ ਲਾਨੀਆਂ ਜੇ ਤੁਹਾਡਾ ਮੜਾ-ਮੋਟਾ ਕੁਝ ਮਿਸ ਹੋ ਗਿਆ ਨਾ ਸਿਸਟਮ ਦਾ ਭਾਵੇਂ ਉਹਨਾਂ ਨੇ ਕਿਤਾਬ ਹੀ ਕਲਾਸ ਕਾਪੀ ਕਰ ਲਈ ਤਾਂ ਗੜਬੜ ਹੋ ਜੂਗੀ ਹੈਨਾ ਤੁਸੀਂ ਕਲਾਸਾਂ ਲਾਨੀਆਂ ਨੇ ਹੋ ਜੂਗਾ ਬੱਚੇ ਪਰਮਜੀਤ ਜੀ ਹੋ ਜੂਗਾ ਤੁਸੀਂ ਲੌਗਇਨ ਕਰ ਲਓ हाँ जी तो इन कहें किस को स्टेटमेंट की किस्म नहीं है डी एम एल डाटा मैनुपुलेशन लैंगुएज डाटा डेफिनेशन लैंगुएज डाटा स्टैंडर्ड लैंगुएज डाटा कंट्रोल लैंगुएज या नन ऑफ दीज हाँ जी बिल्कुल जी बिल्कुल तो बच्चे की है इन को इन्हों का अंदर आंसर आंता है डाटा स्टैंडर्ड लैंगुएज की आऊगा बच्चे डी एस एल डाटा स्टैंडर्ड लैंगुएज जी अगे ਸ ਦਸੋ ਜੀ ਪੀਟੀਪੀਐਸਸੀ ਵਾਲੇ ਸੁਣ ਲੈਣਗੇ ਨੈਕਸਟ ਐਗਜ਼ਾਮ ਵੀ ਦੇਣਾ ਐਸੀ ਅੱਛਾ ਜੀ ਚਲੋ ਹਾਂਜੀ ਸਟ੍ਰਕਚਰਡ ਕੁਰੀ ਲੈਂਗੁਏਜ ਬੱਚੇ ਪ੍ਰੋਗਰਾਮਿੰਗ ਲੈਂਗੁਏਜ ਹੈ ਕਦੇ ਵਾਸਤੇ ਸਟੋਰਿੰਗ ਯਾ ਪ੍ਰੋਸੈਸਿੰਗ ਦਾ ਇਨਫੋਰਮੇਸ਼ਨ ਹਾਂਜੀ ਇਹਨਾਂ ਰਿਲੇਸ਼ਨਲ ਡਾਟਾਬੇਸ ਬਿਲਕੁਲ ਐਸਕਿਊਐਲ ਯੂਜ਼ ਹੁੰਦੇ ਬੱਚੇ ਚ ਡੀਡੀਐਲ ਡੀਐਮਐਲ ਡੀਸੀਐਲ ਟੀਸੀਐਲ ਹੁੰਦੀ ਹੈ ਡੀਐਸਐਲ ਕੋਈ ਨਹੀਂ ਹੁੰਦੀ ਠੀਕ ਹੈ ਜੀ ਨੈਕਸਟ ਬੱਚੇ ਡੈਸ਼ ਇਸ ਰਿਪਰੈਜ਼ੈਂਟ ਅਪ੍ਰੋਕਸੀਮੇਟਲੀ 1 ਬਿਲੀਅਨ ਮੈਮਰੀ ਲੋਕੇਸ਼ਨ ਹਾਂਜੀ ਤਾਂ ਬੱਚੇ 1 ਬਿਲੀਅਨ ਮੈਮਰੀ ਲੋਕੇਸ਼ਨ ਕੌਣ ਰਿਪਰੈਜ਼ੈਂਟ ਕਰਦਾ ਹੈ ਤਾਂ ਬੱਚੇ ਕੀ ਹੈ ਇੱਕ ਡੈਸ਼ ਲਗਭਗ ਇੱਕ ਅਰਬ ਮੈਮਰੀ ਸਥਾਨਾਂ ਨੂੰ ਦਰਸਾਉਂਦੀ ਹੈ ਤਾਂ ਕਿਲੋਬਾਈਟ ਮੈਗਾਬਾਈਟ ਗੀਗਾਬਾਈਟ ਟੈਰਾਬਾਈਟ ਜਾਂ ਪੈਟਾਬਾਈਟ ਬਿਲਕੁਲ ਬੱਚੋ ਬਿਲਕੁਲ ਸਾਵਧਾਨ ਸੁਰਨਾ ਚਾਹੀਦਾ ਹੈ ਬੱਚੋ ਜੇ ਤੁਹਾਨੂੰ ਐਂ ਲੱਗਦਾ ਵੀ ਮੇਰਾ ਕੰਪਿਊਟਰ ਕਮਜ਼ੋਰ ਹੈ ਯਾਰ ਹੋਰ ਮੈਨੇ ਮਿਹਨਤ ਕਰਨੀ ਆ ਹੋਰ ਸਿੱਖਣਾ ਨੰਬਰ ਨਹੀਂ ਕਟਣਦੇ ਨਾ ਤਾਂ ਥਿਓਰੀ ਕਲਾਸਾ ਮੇਰੀਆ ਜ਼ਰੂਰ ਲਾ ਲਓ Y727 ਤੁਹਾਨੂੰ ਬਦਦਾ YT ਦਾ ਆਪਾਂ ਜਿਵੇਂ ਪੜ੍ਹ ਜਾਂ ਪੜ੍ਹ ਜਾਂ ਤੁਸੀਂ ਹੋਰ ਡਿਟੇਲ ਦੇ ਵਿੱਚ ਪੜ੍ਹਨੀ ਆ ਚੀਜ਼ਾਂ ਵਿਸਤਾਰ ਸਾਡਾ ਕੰਪਿਊਟਰ ਦਾ ਵੀ ਆਪਾਂ ਰਿਸਕੇ ਖਤਮ ਕਰ ਲੈਣਾ ਤਾਂ YT Y727 ਇਹ ਕੋਡ ਯੂਜ਼ ਕਰਕੇ ਜ਼ਰੂਰ ਕੀਆ ਆਪਣੇ ਕੋਲੇ ਕੁਐਸਚਨ ਜੁਆਇਨ ਕਰੋ ठीक है जी ठीक है सोनिया जी ठीक है बच्चे तब बच्चे क्या होगा आंसर गीगा बाइट आऊगा क्या होगा अप्रोक्सीमेटली वन बिलियन मैमरी लोकेशन रिप्रेजेंट कर दें बच्चे तो उन्होंने की कहें बच्चों गीगा बाइट कहने हाँ जी नैक्सट आते बच्चे शुभम महरा जी बच्चे सारे टॉपिक करवाए हैं थ्योरी क्लास बच्चे शुभम मेहरा जी सारे टॉपिक करवाए हैं ਕਹਿੰਦਾ ਵਿਚ ਆਫ ਦਾ ਫਾਲੋਇੰਗ ਮੈਮਰੀਜ਼ ਮਸਟ ਬੀ ਰੀਫਰੈਂਸਡ ਮੈਨੀ ਟਾਈਮਸ ਪਰ ਸੈਕਿੰਡ ਕਿਹੜੀ ਮੈਮਰੀ ਹੈ ਬੱਚੇ ਜਿਹੜੀ ਮੈਨੀ ਟਾਈਮਸ ਰੀਫਰੈਸ਼ ਹੁੰਦੀ ਹੈ ਹਾਂਜੀ ਤਾਂ ਬੱਚੇ ਕਿਹੜੀ ਹੇਠ ਲਿਖਿਆ ਵਿੱਚੋਂ ਕਿਹੜੀਆਂ ਯਾਦਾਂ ਨੂੰ ਪ੍ਰਤੀ ਸਕਿੰਟ ਕਈ ਵਾਰ ਤਾਜ਼ਾ ਕੀਤਾ ਜਾਂਦਾ ਹੈ ਸਟੈਟਿਕ ਰੈਮ ਡਾਇਨਾਮਿਕ ਰੈਮ ਈਪੀ ਰੋਮ ਰੋਮ ਜਾਂ ਨਨ ਆਫ ਥੀਸ ਹਾਂਜੀ ਤਾਂ ਬੱਚੋ ਕੀ ਹੈ ਕਿ ਹੇਠਾਂ ਲਿਖਿਆ ਵਿੱਚੋਂ ਕਿਹੜੀਆਂ ਯਾਦਾਂ ਨੂੰ ਪ੍ਰਤੀ ਸਕਿੰਟ ਕਈ ਵਾਰ ਤਾਜ਼ਾ ਕੀਤਾ ਜਾਣਾ ਚਾਹੀਦਾ ਹੈ ਤਾਂ ਕਿਹੜੀ ਬੱਚੇ ਡਾਇਨਾਮਿਕ ਰੈਮ ਐ ਡਾਇਨਾਮਿਕ ਰੈਮ ਨੂੰ ਕੀ ਕਰਨਾ ਪੈਂਦਾ ਬੱਚੋ ਬਾਰੀ-ਬਾਰੀ ਆਪਾਂ ਨੂੰ ਰੀਫਰੈਸ਼ ਕਰਨਾ ਪੈਂਦਾ ਕੀ ਕਰਨਾ ਪੈਂਦਾ ਪਹਿਰੇ ਬੱਚੋ ਰੀਫਰੈਸ਼ ਕਰਨਾ ਪੈਂਦਾ ਦੇਖੋ ਡੀ ਰੈਮ ਇਸ ਕਾਮਨਲੀ ਰੈਂਡਮ ਐਕसेस ਮੈਮਰੀ ਯੂਜ਼ਡ ਇਨ ਪਰਸਨਲ ਕੰਪਿਊਟਰ ਵਰਕਸਟੇਸ਼ਨ ਸਰਵਰ ਇਟ ਨੀਡ ਟੂ ਬੀ ਰੀਫਰੈਸ਼ਡ ਪੀਰੀਆਡਿਕਲੀ ਨੈਕਸਟ ਆਨ ਦਾ ਬੱਚੇ ਵਿਚ ਆਊਟਪੁੱਟ ਡਿਵਾਈਸ ਟ੍ਰਾਂਸਫਰ ਦਾ ਪ੍ਰੋਸੈਸਰਡ ਇਨਫੋਰਮੇਸ਼ਨ ਇਨ टू प्रिंटेड पेज हां जी ਕਹਿੰਦਾ ਕਿਹੜਾ ਆਉਟਪੁੱਟ ਡਿਵਾਈਸ ਪ੍ਰੋਸੈਸ ਜਾਣਕਾਰੀ ਨੂੰ ਇੱਕ ਪ੍ਰਿੰਟ ਪੰਨੇ ਵਿੱਚ ਟਰਾਂਸਫਰ ਕਰਦਾ ਹੈ ਸਕੈਨਰ ਪ੍ਰਿੰਟਰ ਮਾਨੀਟਰ ਸੀਡੀ ਰੋਮ ਜਾਂ ਨਨ ਆਫ ਥੀਸ ਹਾਂ ਜੀ ਕਿਹੜਾ ਆਉਟਪੁੱਟ ਡਿਵਾਈਸ ਪ੍ਰੋਸੈਸ ਜਾਣਕਾਰੀ ਨੂੰ ਇੱਕ ਪ੍ਰਿੰਟ ਤੇ ਪੰਨੇ ਵਿੱਚ ਟਰਾਂਸਫਰ ਕਰਦਾ ਹੈ ਕੌਣ ਕਰਦਾ ਬੱਚੋ ਸ਼ੁਭਮ ਮੈਰਾ ਜੀ ਕਰਵਾਇਆ ਹੋਇਆ VOP ਕਰਾਇਆ ਬੱਚੇ ਘਟੋ ਘਟ 6-7 ਟੋਪੀ ਜਿਹੜੇ ਐਸਐਈ ਲਈ ਡਿਫਰੈਂਟ ਹੈ ਨਾ ਉਹ ਜਿਹੜਾ ਰਾਤ ਨੂੰ 9 ਵਜੇ ਵਾਲਾ ਬੈਚ ਚੱਲਦਾ ਹੈ ਤਾਂ ਉਹਦੇ ਵਿੱਚ ਕੰਪਲੀਟ ਕਰਾਇਆ ਬੱਚੇ ਸਾਰਾ ਸ਼ੁਭਮ ਜੀ ਤਾਂ ਮੋਨੀਟਰ ਬੱਚੇ ਕਿਉਂਸ ਕਰਦੇ ਮੋਨੀਟਰ VOP ਕਰਾਇਆ ਸਰਚ ਇੰਜਨ ਦਾ ਕਰਾਇਆ ਬੇਸਿਕ ਮੋਬਾਈਲ ਕਮਿਊਨੀਕੇਸ਼ਨ ਕਰਵਾਈ ਹੈ ਐਨਾ ਸੋਸ਼ਲ ਮੀਡੀਆ ਕਰਵਾਇਆ ਸਿਗਨਲ WhatsApp ਇਹ ਜਿਆ ਸਾਰੀਆਂ ਕਰਵਾਈਆਂ ਨੇ ਬੱਚੇ ਸਿਗਨਲ ਪਤਾ ਹੈ ਸੌਫਟਵੇਅਰ ਕਦੇ ਵਾਸਤੇ ਹੁੰਦਾ ਸਿਗਨਲ ਹਾਂਜੀ ਦੇਖੋ ਬੱਚੋ ਪ੍ਰਿੰਟਰ ਆ ਗਿਆ ਪ੍ਰਿੰਟਰ ਪ੍ਰਿੰਟਰ ਕੀ ਕਰਦਾ ਬੱਚੇ ਇੰਪੈਕਟ इंपैक्ट प्रिंटर आ गया नॉन इंपैक्ट प्रिंटर आ गया करैक्टर प्रिंटर आ गए तो ये सारे प्रिंटर दाइप्स ने एक बार स्क्रीनशॉट ले लो इंपॉर्टेंट है हाँ जी बिल्कुल जी बिल्कुल और सॉरी ਅਨਸਰ ਗਲਤ ਟਿਕ ਕਰ ਗਿਆ ਅਨਸਰ ਧਿਆਨ ਨਹੀਂ ਦਿੱਤਾ ਬਿਲਕੁਲ ਬੀ ਆਣਾ ਜੀ ਪ੍ਰਿੰਟਰ ਹਾਂਜੀ ਬਿਲਕੁਲ ਮੈਂ ਮਾਨੀਟਰ ਟਿਕ ਕਰ ਗਿਆ ਗਲਤੀ ਨਾਲ ਪ੍ਰਿੰਟਰ ਆਣਾ ਪ੍ਰਿੰਟਰ ਇਹ ਤਾਂ ਜੰਮੀ ਸੋਖਾ ਜਿਹਾ ਰੇ ਤਾਂ ਲਾ ਲਓ ਵੀ ਦੂਜੀ ਤੀਜੀ ਵਾਲਾ ਵੀ ਦੱਸ ਦਿੰਦਾ ਚਾਹ ਲੋ ਬਹੁਤ ਹੈ ਜੀ ਬਹੁਤ ਹੈ ਅੱਜ ਦੇ ਲਈ ਹਾਂਜੀ ਬਹੁਤ ਹੈ ਬੱਚੋ ਬਹੁਤ ਹੈ ਚਾਹ ਲੋ ਹਾਂਜੀ ਜਿਹੜਾ ਚੀਜ਼ ਆਪਾਂ ਪੜੀਆਂ ਇਹ ਇਹਨਾਂ ਚੀਜ਼ਾਂ ਨੂੰ ਯਾਦ ਰੱਖ ਲਿਓ ਤੇ ਉਸ ਤੋਂ ਬਾਅਦ ਬੱਚੇ ਆਪਣਾ ਕੋਲੇ ਹਰਪ੍ਰੀਤ ਜੀ ਸਾਰਾ ਕਰਵਾਇਆ ਹੋਇਆ ਬੱਚੇ ਸਾਰਾ ਕਰਵਾਇਆ ਹੋਇਆ ਚਲੋ ਹਾਂਜੀ ਤਾਂ ਬੱਚੇ ਕੀ ਆਪਣੇ ਕੋਲੇ ਜਿਹੜੀਆਂ ਵੀ ਚੀਜ਼ਾਂ ਆਪਾਂ ਪੜੀਆਂ ਉਹ ਚੀਜ਼ਾਂ ਤੁਸੀਂ ਧਿਆਨ ਨਾਲ ਕਰ ਲਓ ਹੈਨਾ ਤੇ ਦੂਜੀ ਗੱਲ ਬੱਚੋ ਹੁਣ ਸ਼ੈਸ਼ਨ ਹੈ ਜਿਹਦੇ ਵਿੱਚ ਆਪਾਂ ਕਲਰਕ ਦਾ ਪੇਪਰ ਡਿਸਕਸ ਕਰਾਂਗੇ ਤਾਂ ਸਭ ਨੇ ਆਣਾ ਹੈ ਤਾਂ ਜਿਨ੍ਹਾਂ ਬੱਚਿਆਂ ਨੇ ਕੋਰਸ ਲੈਣਾ ਬੱਚੇ Y727 ਕੋਡ ਯੂਜ਼ ਕਰਕੇ ਬੱਚੋ ਤੁਸੀਂ ਲੈ ਸਕਦੇ ਹੋ ਕੰਪਿਊਟਰ ਦਾ ਜਿਹੜਾ ਕੰਪਿਊਟਰ ਦੀ ਗਾਰੰਟੀ ਦੇਖੋ ਮੇਰੇ ਕੋਲ ਹੈ ਕੰਪਿਊਟਰ ਦੀ ਗਾਰੰਟੀ ਮੇਰੇ ਕੋਲ ਹੈ ਬੱਚੇ ਕੰਪਿਊਟਰ ਦਾ ਕੀ ਹੈ ਕਿ ਜੋ ਕੁਝ ਆਪਾਂ ਕਰਵਾਤਾ ਡਿੱਟੋ ਆਊਗਾ ਹੈਨਾ ਤਾਂ ਬੱਚੋ ਕੀ ਹੈ 22727 ਕੋਡ ਲਗਾ ਕੇ ਤੁਸੀਂ ਕੋਰਸ ਪਰਚੇਸ ਕਰ ਸਕਦੇ ਹੋ ਹੈਨਾ ਤੇ ਕੋਰਸ ਕਿਵੇਂ ਪਰਚੇਸ ਕਰਨਾ ਮੈਂ ਤੁਹਾਨੂੰ ਦੱਸ ਦਿੰਨਾ ਬੱਚੋ ਉਹ ਦੇਖੋ ਜਿਵੇਂ ਚੰਡੀਗੜ੍ਹ ਐਸਆਈ ਦਾ ਪੇਪਰ ਹੈ ਚ ਵੀ ਕੰਪਿਊਟਰ ਆਊਗਾ ਤਾਂ ਕੰਪਿਊਟਰ ਜਿਹੜਾ ਚੰਡੀਗੜ੍ਹ ਐਸਆਈ ਵਾਲਾ ਹੈ ਬਿਲਕੁਲ ਤਾਂ ਆਪਣੇ ਕੋਲੇ ਆਊਗਾ ਬੱਚੇ ਆਪਣਾ ਕੀ ਹੈ ਹੁਣ 25 ਮਈ ਵਾਲਾ ਬੈਚ ਦੇਖੋ ਬੱਬੂ ਦੀ ਰਾਣੀ ਜੀ ਵੇਟ ਬੱਚੋ ਵੇਟ 1 ਮਿੰਟ ਹਲੋ ਹਾਂਜੀ ਸਰਮਾ ਵੀ ਕਲਾਸ ਵਿੱਚ تھا ਆਪਣਾ ਕਿਸੇ ਨੂੰ ਪਕੜਾ ਜੋ ਜਾਂ ਜੀਓਫਿਸ ਵਿੱਚ ਪਕੜਾ ਦੋ